ਪ੍ਰੀਤ ਮੈਰਿਜ ਹੋ ਜਾਣੀ ਹੈ ਮੇਰੇ ਵੀਰੋ। ਇੱਕ ਸੀਜ਼ਨ ਖਿਡਾਰੀਆਂ ਦਾ ਆ ਗਿਆ ਹੈ। ਸਾਹਮਣੇ ਪੈਂਦੀ ਹੋਈ ਕਬੱਡੀ ਓਵਰ ਟੂ ਸਟੇਜ ਸਾਡੇ ਡਾਕਟਰ ਸਾਹਿਬ ਮੀਰੀ ਪੀਰੀ ਅਕੈਡਮੀ ਕਪੂਰਥਲਾ ਵਰਸਸ ਆਜ਼ਾਦ। ਦੇਖੇ ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ, ਗੱਲ ਸੱਜਣਾ ਦੀ ਰੱਖ ਦੇ ਸਿਰ ਮੱਥੇ ਤੇ ਕੋਈ ਮਾਪਿਆਂ ਦੀ ਪਗਾਵੇ ਤਾਂ ਮੰਨੀਏ। ਓਏ ਜਾਫੀ ਢਾ ਕੇ ਬਹਿ ਜੇ ਦੇ ਹਿੱਕ ਤੇ ਤੇਜੀ, ਰੇਡਰ ਨਿਕਲ ਕੇ ਵਿਖਾਵੇ ਗੱਲ ਤਾਂ ਮੰਨੀਏ, ਰੇਡਰ ਨਿਕਲ ਕੇ ਵਿਖਾਵੇ ਗੱਲ ਤਾਂ ਮੰਨੀਏ। ਇਹ ਰਾਜਾ ਰਾਜਸਰੀਆ ਮੇਰੇ ਵੀਰਿਓ, ਜ਼ਿਆਦਾ ਮਾਝੇ ਚ ਦੇਖਣ ਨੂੰ ਮਿਲਦੇ ਨੇ ਇਹ ਖਿਡਾਰੀ। ਜਦ ਅਖੰਡ ਪਾਠ ਦੇ ਭੋਗ ਤੋਂ ਮਗਰੋਂ ਸ਼ਾਮ ਵਜੇ ਸ਼ੋ ਮੈਚ ਹੁੰਦੇ ਨੇ, ਦੇਖਣ ਯੋਗ ਨੇ। ਇੱਧਰ ਮਾਣਾ ਦੌਦਰ ਵਾਲਾ, ਨਿੱਕਾ ਖਾੜੇ ਵਾਲਾ, ਭੂਰਾ ਭਰੋ ਵਾਲੀ ਆ, ਤੇ ਹਿੰਦਾ ਮਲਕ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਲਾਲੀ ਝਨੇਰ ਵਾਲਾ, ਪਰ ਪੁਆਇੰਟਡ ਲਾਲੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਗੁੱਗੂ ਪਾ ਫਿਰ ਕਬੱਡੀ, ਅਸੀਂ ਨੀਵੇਂ ਅਸੀਂ ਉੱਚੇ ਬਣ ਕੇ ਕੀ ਲੈਣਾ, ਹੱਸ ਕੇ ਸਭ ਨਾਲ ਗੱਲ ਕਰੀਏ, ਆਪਾਂ ਗੁੱਸਾ ਕਰਕੇ ਕੀ ਲੈਣਾ। ਖੇਡ ਪਿਆਰ ਦਾ ਨਾਂ ਦੂਜਾ ਸੁੱਖ ਹੈ, ਆਪਾਂ ਲੜਾਈਆਂ ਕਰਕੇ ਕੀ ਲੈਣਾ। ਪੱਲ ਲੋਗੜ ਵਾਲੇ ਨੇ ਕੋਸ਼ਿਸ਼ ਕੀਤੀ, ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਹਿੰਦਾ ਮੇਰੇ ਵੀਰੋ, ਇੰਦਾ ਸਾਡਾ ਵੀਰ ਨੱਥੋ ਹੇੜੀ ਦੀ ਧਰਤੀ ਦਾ ਬੋਚ ਬੋਚ ਪੱਬ ਧਰਦਾ ਦੇ ਪਾਲੇ ਵੱਲ ਵਧਿਆ ਹੋਇਆ। ਇੰਦਾ ਆ ਸਾਹਮਣੇ ਹਿੰਦਾ ਟੇਢੀ ਅੱਖ ਦੇ ਨਾਲ ਝਾਕਦਾ ਸੁਖਚੈਨ ਚੈਣੇ ਦੇ ਸਖਾਂਦਰੂ। ਇਹਨਾਂ ਨੂੰ ਮੱਤਾਂ ਦਿੱਤੀਆਂ ਹੋਈਆਂ ਨੇ, ਢੰਗ ਦੱਸੇ ਹੋਏ ਨੇ, ਦਾਪੇ ਚ ਦੱਸੇ ਹੋਏ ਨੇ। ਜਦ ਵੀ ਕੋਈ ਖਿਡਾਰੀ ਗਲਤੀ ਕਰਦਾ ਕੋਚ ਭੱਜ ਕੇ ਜਾਂਦਾ। ਇੱਧਰ ਪ੍ਰੇਮ ਸਾਡਾ ਵੀਰ ਝਨੇਰ ਵਾਲ, ਇੱਧਰ ਸੁਖਚੈਨ ਚੈਣਾ, ਔਰ ਅੰਪਾਇਰਿੰਗ ਤੇ ਮੇਰੇ ਵੀਰੋ ਮਦਨ ਗੋਪਾਲ ਕਪੂਰਥਲੀਆ, ਤੇ ਦੂਜੇ ਪਾਸੇ ਰਾਮੂਵਾਲ ਦੀ ਧਰਤੀ ਦਾ ਤੇਜੀ ਲਾਉ ਦੀ ਜੱਫਾ ਲੱਗ ਚੁੱਕਾ। ਵਾਹ ਸੱਜਣ ਮੋਟੇ ਪੱਟ ਮੇਰੇ ਵੀਰੋ, ਕਹਿੰਦੇ ਨੇ ਵੀ ਇਹੋ ਜਿਹੇ ਗੱਭਰੂ ਦੇ ਵੇਖਣ ਵਾਲੇ ਮੈਚ ਹੁੰਦੇ ਨੇ। ਇੱਕ ਪਾਸੇ ਮੇਰੇ ਵੀਰੋ ਤੇਜੀ ਜੰਡੀ ਵਾਲਾ, ਔਰ ਮੇਰੇ ਵੀਰੋ ਦੂਜੇ ਪਾਸੇ ਜਿਹੜੇ ਸਾਡਾ ਵੀਰ ਜੀ ਨੇ ਜੱਫੇ ਦੀ ਗੱਲ ਕਰ ਦਿੱਤੀ ਹੈ, ਅਮਨਾ ਲੋਹਾਮਾ ਵਾਲਾ ਆਪਣੀ ਗੱਡੀ ਦੇ ਕੋਲੇ ਪਹੁੰਚ ਜਾਵੇ। ਅਮਨਾ ਲੋਹਾਮ ਦੀ ਧਰਤੀ ਦਾ ਲਾ ਦੀ ਸਾਹਮਣੇ ਬੁੱਧੂ ਇਮਾਨ ਗੜੀਆ ਮੇਰੇ ਵੀਰੋ ਗ੍ਰੇਡ ਪਾਉਂਦਾ ਹੋਇਆ। ਔਰ ਦੂਜੇ ਪਾਸੇ ਕਹਿੰਦੇ ਨੇ ਵੀ ਭਰੋ ਵਾਲੀਆ, ਕਹਿੰਦਾ ਵੀ ਮੈਂ ਝੱਗੇ ਦਾ ਮੇਚ ਲਵਾਂਗਾ। ਬਹੁਤ ਸੋਹਣਾ ਪੁਆਇੰਟ ਮੇਰੇ ਵੀਰੋ। ਕੱਲ ਵੀ 16 ਟੀਮਾਂ ਮਹਾਂਪੁਰਸ਼ਾਂ ਨੇ, ਧੰਨ ਧੰਨ ਸੰਤ ਬਾਬਾ ਗੁਰਦੀਪ ਸਿੰਘ ਜੀ, ਜੋ ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਪੱਗ ਦਿੱਤੀ ਗਈ ਸੱਚਖੰਡ ਵਾਸੀ, ਧੰਨ ਧੰਨ ਸੰਤ ਬਾਬਾ ਨਛੱਤਰ ਸਿੰਘ ਜੀ, ਜੋ ਕਹਿੰਦੇ ਨੇ ਵੀ ਉਹਨਾਂ ਦੀ ਜਿਹੜੀ ਰਹਿਨਮਾਈ ਹੈ, ਉਹਨਾਂ ਦਾ ਆਸ਼ੀਰਵਾਦ ਜਿਹੜਾ ਇਹਨਾਂ ਮਹਾਂਪੁਰਸ਼ਾਂ ਦੇ ਉੱਪਰ ਆ ਗਿਆ ਹੈ। ਔਰ ਸੰਗਤਾਂ ਆਉਂਦੀਆਂ ਨੇ, ਆਪਣੇ ਦੁੱਖ ਦੱਸਦੀਆਂ ਨੇ, ਔਰ ਬਚਨ ਬਿਲਾਸ ਹੁੰਦੇ ਨੇ, ਦੁੱਖ ਦੂਰ ਹੁੰਦੇ ਨੇ ਜੀ ਆਇਆਂ ਨੂੰ, ਸਾਰੀਆਂ ਸੰਗਤਾਂ ਨੂੰ। ਇਹ ਮੇਰੇ ਵੀਰੋ ਬੇਨਤੀ ਰਾਉਕਿਆਂ ਵਾਲਾ ਜੀ ਨੇ ਰੇਡ ਪਾਈ, ਦੀਪਾ ਦੇਦਨਾ ਵਾਲਾ ਜੀ ਨੇ ਕੋਸ਼ਿਸ਼ ਕੀਤੀ, ਪਰ ਪੁਆਇੰਟ ਜਿਹੜਾ ਬੇਨਤੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਖਿਡਾਰੀ ਵੀਰਾਂ ਨੂੰ ਬੇਨਤੀ ਹੈ, ਜਿਹੜੇ ਖਿਡਾਰੀ ਸਪੇਅਰ ਨੇ ਇੱਕ ਸਾਈਡ ਤੇ ਹੋ ਕੇ ਬੈਠ ਜਾ ਕਰੋ, ਬੇਨਤੀ ਹੈ। ਸਾਡਾ ਵੀਰ ਭਿੰਦਰ ਘੋਲੀਆ ਵੀ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕਿਆ ਹੈ।
ਉਹਨੂੰ ਵੀ ਅਸੀਂ ਜੀ ਆਇਆਂ ਆਖਦੇ। ਬਹੁਤ ਹੀ ਸੋਹਣੇ ਗੀਤ ਲਿਖਦਾ, ਬਹੁਤ ਹੀ ਸੋਹਣੇ ਸ਼ੇਅਰ ਲਿਖਦਾ ਪਿੰਦਰ ਘੋਲੀਆ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸੋਹਣ ਡਰੋਲੀ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਗੋਰਾ ਹਾਂਗਕਾਂਗ ਤੋਂ, ਸਾਡਾ ਵੀਰ ਸਾਡੇ ਨਾਲ ਜੁੜਿਆ ਹੋਇਆ ਪੱਪੂ ਹਾਂਗਕਾਂਗ ਗੁਰਵਿੰਦਰ ਮਨੀਲਾ, ਜਲੰਧਰ ਸਿੱਧੂ ਜੀ ਪੰਜ ਗਰਾਈ ਜੀ ਔਰ ਸੋਨੀ ਦਾਦਰ ਸੋਨੀ ਸਵੱਦੀ ਵਾਲਾ ਧਾਨਾ ਵੈਰੋ ਕੇ ਨਾਲ ਹੀ ਬਾਈ ਜੀ ਮੈਂ ਬੇਨਤੀ ਕਰਦਾ ਹਾਂ ਜਿੰਨੇ ਵੀ ਇੰਟਰਨੈਟ ਤੇ ਜੁੜੇ ਨੇ ਸਾਰਿਆਂ ਦਾ ਧੰਨਵਾਦ ਹੈ। ਲਓ ਜੀ ਬਿੰਦੂ ਜੀ ਖੇਡ ਤੋਂ ਖੁਸ਼ ਹੋ ਕੇ, ਬਿੰਦੂ 500 ਰੁਪਈਆ ਆਇਆ ਬਾਈ ਜੀ, ਬਿੰਦੂ ਨੂੰ 500 ਰੁਪਈਆ ਸਾਡੇ ਵੀਰ ਨੇ ਦਿੱਤਾ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ। ਲਓ ਜੀ ਸਾਹਮਣੇ ਰੱਤੇ ਵਾਲੀ ਆ ਅੱਗੇ ਵਾਧਾ ਹੋਇਆ ਸਾਡਾ ਇਹ ਖਿਡਾਰੀ, ਕਹਿੰਦੇ ਨੇ ਬਹੁਤ ਹੀ ਸੋਹਣੀ ਚੌਂਕ ਖਿਡਾਰੀਆਂ ਦੇ ਵਿੱਚ ਮੇਰੇ ਵੀਰੋ ਜੋਸ਼ ਹੁੰਦਾ ਹੈ, ਚੋਰ ਹੁੰਦਾ ਹੈ ਜਵਾਨੀ ਦਾ, ਅੱਜ ਦੇਖਣਾ ਵੀ ਕੌਣ ਜੱਫਾ ਲਾਵੇਗਾ, ਦੇਖਣਾ ਵੀ ਚੌਂ ਜਾਣਿਆਂ ਦੇ ਵਿੱਚੋਂ ਕੌਣ ਮਾਂ ਦਾ ਸ਼ੇਰ ਜੱਫਾ ਲਾ ਕੇ ਦਿਖਾਵੇਗਾ। ਮਲਕ ਦੀ ਧਰਤੀ ਦਾ ਹਿੰਦਾ ਮੱਥੇ ਤੇ ਹੱਥ ਮਾਰਦਾ ਤੇ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਰੱਤੇ ਵਾਲੀਏ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਪਾ ਫਿਰ ਕਬੱਡੀ, ਬਿੰਦਰ ਕਬੱਡੀ ਪਾਉਂਦਾ ਹੋਇਆ, ਹੁਣ ਦੇਖਣਾ ਵੀ ਅੱਜ ਗੋਲ ਜੇ ਦਾਇਰੇ ਵਿੱਚ ਹੰਦੇ ਦੋਨੇ ਦਿਸਦੇ, ਚੜ ਜਾਂਦਾ ਚਾਹ ਜਦ ਖਿਡਾਰੀ ਵਿੱਚ ਹੱਸਦੇ, ਮੈਂ ਜਾਵਾਂ ਬਲਹਾਰੇ ਜਿੰਨਾ ਕਾਢ ਦੀ ਕੱਢੀ ਹੈ, ਖੇਡਣੀ ਕਬੱਡੀ ਅਸੀਂ ਖੇਡਣੀ ਕਬੱਡੀ ਹੈ। ਜਨੇਤਪੁਰੇ ਦੀ ਧਰਤੀ ਦਾ ਅਮਨੇ ਨੇ ਕੋਸ਼ਿਸ਼ ਕੀਤੀ ਮੇਰੇ ਵੀਰੋ, ਹੱਸਦਾ ਸਾਡਾ ਵੀਰ, ਹੱਸਣਾ ਤਾਂ ਸਾਡੀ ਆਦਤ ਸੀ, ਤੁਸੀਂ ਗਲਤ ਅੰਦਾਜ਼ਾ ਲਾ ਬੈਠੇ, ਹੱਸਦੇ ਵੱਸਦੇ ਵੱਧਦੇ ਗਏ, ਤੁਸੀਂ ਦਿਲ ਦਾ ਚੈਨ ਗਵਾ ਬੈਠੇ। ਝਨੇਰ ਵਾਲਾ ਲਾਲੀ ਦਾਦਰ ਵਾਲਾ ਬਾਣਾ ਮੇਰੇ ਵੀਰੋ, ਇਹੋ ਜੇ ਮੈਚ ਅੱਜ ਜਿਹੜੇ ਚੰਦ ਪੁਰਾਣੇ ਦੇ ਖੇਡ ਮੇਲੇ ਦੇ ਵਿੱਚ ਅੱਜ ਮੇਰੇ ਵੀਰੋ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਰਵਾਏ ਜਾ ਰਹੇ ਨੇ। ਬਹੁਤ ਹੀ ਵਧੀਆ ਸਿਰ ਕੱਢ ਸਾਹਮਣੇ ਪੈਂਦੀ ਹੋਈ ਕਬੱਡੀ ਮੇਰੇ ਵੀਰੋ, ਜੰਡੀ ਵਾਲਾ ਮੇਰੇ ਵੀਰੋ ਤੇਜ਼ੀ ਕਬੱਡੀ ਕਬੱਡੀ ਪਾ ਕਰਦੇ ਹੋਇਆ, ਬਹੁਤ ਹੀ ਸੋਹਣੇ ਮੈਚ, ਹੱਥ ਰੱਖ ਮੇਰੇ ਵੀਰੋ। ਅਮਨਾ ਸਾਡਾ ਵੀਰ ਜੀ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ। ਲਓ ਜੀ ਬਿੰਦੂ ਰੂਮੀ ਵਾਲਾ, ਉਹਦੇ ਮਾਮਾ ਜੀ ਦੇ ਲੜਕੇ ਜੱਗਾ, ਜੱਗਾ ਤੇ ਬਿੰਦੂ 500-500 ਰੁਪਈਆ ਦੇਣਗੇ ਜਿੰਨੇ ਵੀ ਜੱਫੇ ਬਿੰਦੂ ਤੂੰ ਲਾਵੇਂਗਾ, ਤੇ ਨੋਟ ਕਰ ਲਾ ਬਿੰਦੂ ਚੈਨ ਦੇ ਵਿੱਚ ਖੜ ਜਾ ਕੇ। ਇੱਧਰ ਮੇਰੇ ਵੀਰੋ ਡਬਲ ਟੱਚ ਹੋਇਆ ਲੱਗਦਾ, ਮਦਨ ਗੋਪਾਲ ਜੀ ਕਹਿੰਦੇ ਨੇ ਪਰ ਇਹ ਪੁਆਇੰਟ ਹੰਤੇ ਨੇ ਕੋਸ਼ਿਸ਼ ਕੀਤੀ। ਲਓ ਜੀ ਦੂਜੇ ਪਾਸੇ ਪਈ ਹੋਈ ਕਬੱਡੀ, ਫਿਰ ਵਿੰਦਰ ਜੱਟਾਂ ਦੇ ਪੁੱਤ ਪਤੰਦਰ ਖੜੇ ਸੀ ਬਣੇ ਸਿਕੰਦਰ, ਮੇਰੇ ਵੀਰੋ ਹੱਥ ਰੱਖ ਪਾਲਾ ਲੋਹਗੜ ਵਾਲਾ, ਕੋਸ਼ਿਸ਼ ਨਾਕਾਮ ਹੋਈ ਹੈ। ਅਗਲੀ ਕਬੱਡੀ ਸੇਠੀ ਰੱਤੇਵਾਲ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਕੰਮ ਕੀਤਾ ਫਾਇਦਾ ਜਿਹੜਾ ਕੰਮ ਕਰਕੇ ਸੁਣਾਵੇ ਉਹਦੇ ਕੰਮ ਆਈਏ ਜਿਹੜਾ ਆਪ ਕੰਮ ਆਵੇ, ਹੰਤਾ ਗਿੱਦੜ ਵਿੰਡੀ ਵਾਲਾ ਕੋਸ਼ਿਸ਼ ਕਰਦਾ ਹੋਇਆ, ਕਹਿੰਦੇ ਉਹਦੇ ਕੰਮ ਆਈਏ ਜਿਹੜਾ ਆਪ ਕੰਮ ਆਵੇ, ਲੱਗ ਪਿੱਛੇ ਨਹੀਂ ਸਿਆਣਿਆਂ ਨਾਲ ਲੜੀਦਾ, ਸੁਖਿਆ ਜਿਹਦੇ ਉੱਤੇ ਹੋਵੇ ਨਾ ਭਰੋਸਾ, ਉਹਦੇ ਕੋਲੇ ਵੀ ਨਹੀਂ ਖੜੀਦਾ, ਉਹਦੇ ਕੋਲੇ ਵੀ ਨਹੀਂ ਖੜੀਦਾ। ਲਾਓ ਜੀ ਪਈ ਹੋਈ ਕਬੱਡੀ,
ਬਹੁਤ ਹੀ ਵਧੀਆ ਖਿਡਾਰੀ, ਕਿਤੇ ਗੁਰਵਿੰਦਰ ਦੀ ਗੱਲ ਕਿਤੇ ਵਿੰਦਰ ਦੀ ਗੱਲ, ਲੈ ਵੀ ਵੱਡ ਖਾਣੇ ਅੱਜ ਕਾਕਾ ਸਾਡਾ ਵੀਰ ਜੀ ਨੇ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਾਲੀ ਫਿਰ ਕਬੱਡੀ ਪਾਵੇਗਾ, ਅੱਜ ਕੌਡੀ ਤੇ ਕੌਡੀ ਪੈਂਦੀ ਹੈ ਮੇਰੇ ਵੀਰੋ। ਅੱਜ ਦਾ ਇਹ ਖੇਡ ਯਾਦਗਾਰੀ ਖੇਡ ਮੇਲਾ ਬਣਿਆ ਹੋਇਆ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ, ਆਓ ਤਨ ਤਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਮਿੱਠੀ ਯਾਦ, ਔਰ ਉਹਨਾਂ ਦੇ ਤੀਜੇ ਭਰਾਤਾ ਸਾਡੇ ਵੱਡੇ ਭਾਈ ਚਮਕੌਰ ਸਿੰਘ ਜੀ, ਔਰ ਪੂਰੀ ਸਾਧ ਸੰਗਤ ਔਰ ਪੂਰਾ NRI ਵਿੰਗ ਅੱਜ ਖੇਡ ਮੇਲੇ ਮੈਚ ਦੇਖ ਰਹੇ ਨੇ, ਮਾਇਆ ਦੇ ਗੱਫੇ ਭੇਜ ਰਹੇ ਨੇ ਮੇਰੇ ਵੀਰੋ। ਸਾਰਿਆਂ ਦਾ ਧੰਨਵਾਦ, ਪੰਜਾਬ ਲਾਈਵ 1.com ਡਰੋਲੀ ਵਾਲੇ ਜਿਨ੍ਹਾਂ ਦਾ ਇਹ ਮੈਚ ਦੇਖ ਰਹੇ ਨੇ, ਸਾਰਿਆਂ ਦਾ ਧੰਨਵਾਦ। ਲਓ ਜੀ ਜੱਗੇ ਵੱਲੋਂ ਮਾਜਵਾ ਦੇ ਮਾਮਾ ਜੀ ਦੇ ਲੜਕੇ ਨੇ ਬਿੰਦੂ, ਉਹਨੇ 500 ਦੇ ਨੋਟ ਦੱਸਿਆ ਸਾਡੇ ਵੀਰ ਜੱਗੇ ਹੋਣਾ ਨੇ, ਜਿੰਨੇ ਵੀ ਰੁੰਮੀ ਵਾਲਾ ਬਿੰਦੂ ਜੱਫੇ ਲਾਵੇਗਾ, ਲਾਲਤੋ ਦੀ ਧਰਤੀ ਦਾ ਰੁੰਮੀ ਬਿੰਦੂ ਹਰ ਸਾਹਮਣੇ ਮੇਰੇ ਵੀਰੋ ਇਹਦਾ ਕਬੱਡੀ ਕਬੱਡੀ ਕਰਦਾ ਹੋਇਆ ਬਹੁਤ ਹੀ ਵਧੀਆ ਖਿਡਾਰੀ ਇਹਦੇ ਨੇ ਕੋਸ਼ਿਸ਼ ਕੀਤੀ ਹੈ। ਔਰ ਦੂਜੇ ਪਾਸੇ ਇਹਦਾ ਤੇ ਹਿੰਦਾ ਪਰ ਨਾਲ ਮੇਰੇ ਵੀਰੋ ਡਬਲ ਟੱਚ ਦੀ ਵੀ ਗੱਲ ਹੋ ਗਈ ਹੈ, ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਸਾਹਮਣੇ ਵੀਰੋ ਜੰਡੀ ਦੀ ਤਰਫੋਂ ਕਬੱਡੀ ਪੈ ਗਈ ਹੈ, ਕਹਿੰਦੇ ਨੇ ਵੀ ਤੇਜ਼ੀ ਜੰਡੀ ਵਾਲਾ ਕਬੱਡੀ 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 ਕਰਦਾ ਹੋਇਆ ਹਰਜੀਤ ਐਂਡ ਤਲਵਾਰ ਕਬੱਡੀ ਅਕੈਡਮੀ ਜਗੜਾਓ ਦੀ ਤਰਫੋਂ। ਔਰ ਦੂਜੇ ਪਾਸੇ ਦਸ਼ਮੇਸ਼ ਕਬੱਡੀ ਕਾਲਖ ਦਾ ਖਿਡਾਰੀ ਦੀਪਾ ਤੇਦਨੇ ਵਾਲੇ ਨੇ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਜਿਹੜਾ ਹੈਲੋ ਹਾਂਜੀ ਅਸੀਂ ਧੰਨਵਾਦੀ ਹਾਂ ਸਰਦਾਰ ਸੁਖਮੰਦਰ ਸਿੰਘ ਜੀ ਗਿੱਲ ਪ੍ਰੋਪਰਟੀ ਡੀਲਰ ਮੋਗਾ ਜਿਨ੍ਹਾਂ ਵੱਲੋਂ ਇਸ ਟੂਰਨਾਮੈਂਟ ਵਾਸਤੇ 1100 ਰੁਪਇਆ ਸਪੈਸ਼ਲ ਰਾਸ਼ੀ ਭੇਜੀ ਹੈ ਦਾਨ, ਜੋ ਅਸੀਂ ਸੁਖਮੰਦਰ ਸਿੰਘ ਗਿੱਲ ਪ੍ਰੋਪਰਟੀ ਡੀਲਰ ਮੋਗਾ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਹਾਂਕੁੰਭ ਵਿੱਚ ਆਪਣਾ ਯੋਗਦਾਨ ਪਾਇਆ ਹੈ। ਅਤੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਕਰੀ ਕਲਾਂ ਵਿਖੇ 17, 18, 19 ਫਰਵਰੀ 2013 ਦਿਨ ਐਤ ਸੋਮ ਅਤੇ ਮੰਗਲਵਾਰ ਨੂੰ ਕਬੱਡੀ ਓਪਨ, ਦੋ ਖਿਡਾਰੀ ਬਾਹਰੋਂ ਕਬੱਡੀ 70 ਕਿੱਲੋ, ਦੋ ਖਿਡਾਰੀ ਬਾਹਰੋਂ ਕਬੱਡੀ 55 ਕਿੱਲੋ ਓਪਨ ਫੁੱਟਬਾਲ ਓਪਨ। ਸਾਰੇ ਹੀ ਖਿਡਾਰੀ ਵੀਰ ਇਸ ਬਾਰੇ ਨੋਟ ਕਰ ਲੈਣ, ਕੋਕਰੀ ਕਲਾਂ ਦੇ ਖੇਡ ਮੇਲੇ ਦੀਆਂ ਤਰੀਕਾਂ 17, 18, 19 ਫਰਵਰੀ ਹੈ। ਲਓ ਜੀ ਲਾਲੀ ਮੇਰੇ ਵੀਰੋ ਕੋਸ਼ਿਸ਼ ਕੀਤੀ ਝਨੇਰ ਵਾਲੇ ਦੇ ਉੱਪਰ, ਪੁਆਇੰਟ ਜਿਹੜਾ ਤਲਵਾਰ ਕਲੱਬ ਹਿੱਸੇ ਦੇ ਵਿੱਚ ਜੁੜਦਾ ਹੋਇਆ। ਗੁੱਗੂ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ, ਘੋਲੀਏ ਵਾਲੇ ਭਿੰਦਰ ਨੇ ਚੰਦ ਲੈਣਾ ਲਿਖੀਆਂ ਨੇ, ਕਹਿੰਦੇ ਸਾਰੀਆਂ ਸੰਗਤਾਂ ਪੂਰਾ ਤਨ ਮਨ ਜ਼ੋਰ ਲਗਾਇਆ, ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਟੂਰਨਾਮੈਂਟ ਕਰਵਾਇਆ ਏ, ਸੰਤ ਬਾਬਾ ਤੇਗਾ ਸਿੰਘ ਜੀ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਨੂੰ ਮਨਾਇਆ ਏ। ਸਤਿਗੁਰੂ ਮੇਰੇ ਕਿੰਨੇ ਸੋਹਣੇ ਫੁੱਲ ਖਿਲਾਏ ਨੇ ਅੱਜ ਚੰਦ ਪੁਰਾਣੇ ਘੋਲੀਏ ਵਾਲਿਆ ਭਿੰਦਰ, ਖਿਡਾਰੀ ਬੜੀ ਦੂਰੋਂ ਦੂਰੋਂ ਆਏ ਨੇ ਅੱਜ, ਘੋਲੀਏ ਵਾਲਿਆ ਭਿੰਦਰ ਖਿਡਾਰੀ ਬੜੀ ਦੂਰੋਂ ਦੂਰੋਂ ਆਏ ਨੇ, ਧੰਨਵਾਦ ਹੈ, ਬਹੁਤ ਹੀ ਧੰਨਵਾਦ ਭਿੰਦਰ ਘੋਲੀਆ ਸਾਡਾ ਵੀਰ। ਇੱਧਰ ਪੈਂਦੀ ਹੋਈ ਕਬੱਡੀ, ਕਹਿੰਦੇ ਨੇ ਵੀ ਸਾਡੇ ਵੀਰ ਇੰਦਾ ਇੰਦਾ ਆਖਦੇ ਨੇ ਸਾਡੇ ਇਸ ਵੀਰ ਨੂੰ, ਕੋਸ਼ਿਸ਼ ਕੀਤੀ ਹੰਤੇ ਦੇ ਨਾਲ ਹੱਥ ਜੋੜੀਆਂ ਦੇ, ਵਾਹ ਸੱਜਣਾ
ਤੈਨੂੰ ਹਿੱਕ ਦੇ ਜ਼ੋਰ ਨਾਲ ਲਾ ਦੇਣਾ, ਗੱਲ ਛੱਡਣੀ ਨਹੀਂ ਨਸੀਬਾਂ ਤੇ। ਹੈਲੋ, ਹਾਂਜੀ, ਬੇਨਤੀ ਹੈ ਕਿ ਕੱਲ ਜਿਹੜੀਆਂ ਸਰਪੰਚ ਹੋ ਕੇ ਹਟੀਆਂ ਸੀ ਉਹਦੇ ਵਿੱਚ ਜਿਹੜਾ ਹੀਰੋ ਹਾਂਡਾ ਮੋਟਰਸਾਈਕਲ ਸਰਦਾਰ ਇਕਬਾਲ ਸਿੰਘ ਰਾਜਿਆਣਾ ਜੋ ਮਨੀਲਾ ਵਾਸੀ ਨੇ ਉਹਨਾਂ ਵੱਲੋਂ ਦਿੱਤਾ ਗਿਆ, ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਇੱਥੇ ਪਹੁੰਚਿਆ ਹੋਇਆ ਤਾਂ ਬਾਬਾ ਜੀ ਸਰਦਾਰ ਇਕਬਾਲ ਸਿੰਘ ਰਾਜਿਆਣਾ ਮਨੀਲਾ ਵਾਲਿਆਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹੈ। ਉਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਇੱਥੇ ਪਹੁੰਚਿਆ ਤਾਂ ਬਾਬਾ ਜੀ ਕੋਲ ਸੰਪਰਕ ਕਰਨ। ਅਤੇ ਨਾਲ ਹੀ ਜਿਹੜਾ ਕਬੱਡੀ ਓਪਨ ਦਾ ਪਹਿਲਾ ਇਨਾਮ 51,000 ਰੁਪਈਆ ਗੁਰਪ੍ਰੀਤ ਸਿੰਘ ਇੰਗਲੈਂਡ ਪਿੰਡ ਜਹੂਰਾ ਉਹਨਾਂ ਵੱਲੋਂ ਦਿੱਤਾ ਗਿਆ, ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਲਓ ਜੀ ਬਾਬਾ ਜੀ ਨਾਲ ਸੰਪਰਕ ਕਰਨ। ਅਗਲੀਆਂ ਟੀਮਾਂ ਜਿਹੜੀਆਂ ਨੇ, ਸੋ ਮੈਂ ਬੇਨਤੀ ਕਰਦਾ ਅਗਲੀਆਂ ਟੀਮਾਂ ਦਾ ਜਿਹੜਾ ਮੈਚ ਹੈ ਮੀਰੀ ਪੀਰੀ ਕਬੱਡੀ ਅਕੈਡਮੀ ਕਪੂਰਥਲਾ ਖੇਡੇਗੀ ਆਜ਼ਾਦ ਅਕੈਡਮੀ ਕੱਲ ਕਲਾਂ ਦੇ ਨਾਲ, ਬਹੁਤ ਹੀ ਸੋਹਣਾ ਮੈਚ ਹੋਵੇਗਾ। ਚੜ੍ਹਦੀ ਕਲਾ ਅਕੈਡਮੀ ਜਲੰਧਰ ਖੇਡੇਗੀ ਮਾਲਵਾ ਅਕੈਡਮੀ ਮੋਗਾ ਦੇ ਨਾਲ, ਇਹ ਵੀ ਤਿਆਰੀ ਖਿੱਚ ਲੈਣ। ਦਿਲਬਾਗ ਵੀਰ ਨੂੰ ਬੇਨਤੀ ਹੈ ਉਹ ਗਰਾਊਂਡ ਵਿੱਚ ਮਾਈਕ ਦੀ ਸੇਵਾ ਸੰਭਾਲਣ। ਲਓ ਜੀ, ਮਹਾਂਪੁਰਸ਼ ਕਹਿੰਦੇ ਨੇ ਇੱਕ ਊਠ ਤੇ ਇੱਕ ਘੋੜਾ ਡਗੇ ਤੇ ਮੇਰੇ ਵੀਰੋ ਨੱਚਣੇ ਨੇ, ਇਹਨਾਂ ਮੈਚਾਂ ਤੋਂ ਮਗਰੋਂ ਉਹਨਾਂ ਦਾ ਵੀ ਆਨੰਦ ਮਾਨਣਾ। ਲਓ ਜੀ, ਸਾਹਮਣੇ ਪੈਂਦੀ ਹੋਈ ਕਬੱਡੀ ਸੇਠੀ ਰੱਤੇ ਬਾਲ ਦੀ ਧਰਤੀ ਦਾ ਬਹੁਤ ਹੀ ਵਧੀਆ ਖਿਡਾਰੀ ਮੇਰੇ ਵੀਰੋ ਕਬੱਡੀ 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 ਕਰਦੇ ਹੋਏ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਮੇਰੇ ਵੀਰੋ ਤੇਜ਼ੀ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਜੰਡੀ ਵਾਲਾ ਕਹਿੰਦੇ ਗਰਾਊਂਡ ਨਾਲ ਖਿਡਾਰੀਆਂ ਦੇ ਜਿਵੇਂ ਦਰਬਾਰ ਮੜਿਆ ਨਾਲ ਸਿਤਾਰਿਆਂ ਦੇ, ਜਦੋਂ ਬਾਬਾ ਜੀ ਆਵੇ ਵਿੱਚ ਗਰਾਊਂਡਾਂ ਦੇ ਇਹ ਸੋਹਦਾ ਜਿਵੇਂ ਚੰਨ ਚੜਿਆ ਵਿੱਚ ਤਾਰਿਆਂ ਦੇ, ਹਰਜਿੰਦਰ ਨਵੇਂ ਚੰਦਾਂ ਵਾਲਿਆ ਤੂੰ ਵੀ ਪਾ ਕਬੱਡੀ ਨਜ਼ਾਰਾ ਵੇਖ ਮੇਲੇ ਇਹਨਾਂ ਭਰਿਆਂ ਵਿੱਚ ਸਾਰਿਆਂ ਦੇ, ਨਵੇਂ ਚੰਦਾਂ ਵਾਲਿਆ ਤੂੰ ਵੀ ਪਾ ਕਬੱਡੀ ਰਲ ਮੈਚ ਦੇਖ ਵਿੱਚ ਸਾਰਿਆਂ ਦੇ। ਧੰਨਵਾਦ ਹੈ ਇਹਨਾਂ ਵੀਰਾਂ ਦਾ। ਸਾਹਮਣੇ ਪੈਂਦੀ ਹੋਈ ਕਬੱਡੀ ਕਹਿੰਦੇ ਨੇ ਵੀ ਇੰਦਾ ਨੱਥੋ ਹੀੜੀ ਦੀ ਧਰਤੀ ਦਾ ਕਬੱਡੀ 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 ਕਰਦੇ ਹੋਇਆ ਦਾਉਦਰ ਦੀ ਧਰਤੀ ਦਾ ਮਾਣ, ਪਰ ਦੂਜੇ ਪਾਸੇ ਕਹਿੰਦੇ ਨੇ ਵੀ ਝਾਕਾ ਦੇ ਦਿੱਤਾ, ਕਹਿੰਦੇ ਨੇ ਵੀ ਲੱਤਾਂ ਦੇ ਵਿੱਚ ਵੜਿਆ ਹੋਇਆ ਪਰ ਪੁਆਇੰਟ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਬਹੁਤ ਹੀ ਵਧੀਆ ਪੁਆਇੰਟ ਕੌਂਕਿਆਂ ਵਾਲਾ ਨਿੱਕਾ ਜਿਹਨੂੰ ਮੋਟਾ ਵੀ ਆਖ ਦਿੰਦੇ ਹੈ, ਵਧੀਆ ਪੁਆਇੰਟ ਲਿਆ। ਰਾਓ ਕਹਿੰਦੀ ਧਰਤੀ ਦਾ ਪਿਆਂਤੀ ਮੇਰੇ ਵੀਰੋ, ਦੀਪਾ ਦੋਦਨੇ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੋਇਆ ਗੱਲ 30 ਸਕਿੰਟਾਂ ਦੀ ਮੇਰੇ ਵੀਰੋ, ਔਰ 35-70 ਕਿਲੋ ਦੇ ਮੈਚ ਲਾਉਂਦਾ ਹੈ ਮੇਰੇ ਵੀਰੋ। ਸੁਖਚੈਨ ਚੈਣੇ ਦੀ ਪਾਰਖੂ ਅੱਖ ਨੇ ਮੇਰੇ ਵੀਰੋ ਇਸ ਖਿਡਾਰੀ ਬੁੱਕਲ ਦੇ ਵਿੱਚ ਸਮੇਟ ਲਿਆ। ਅਸੀਂ ਜੀ ਆਇਆਂ ਆਖਦੇ ਹਾਂ ਪੋਲ ਬਰਾੜ ਜੀ ਹਾਂਗਕਾਂਗ ਵਾਲੇ ਜੋ ਸਾਡੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਹੈ, ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਮਹਾਂਪੁਰਸ਼ਾਂ ਵੱਲੋਂ ਵੀ ਜੀ ਆਇਆਂ, ਸਮੁੱਚੀ ਸਾਧ ਸੰਗਤ ਵੱਲੋਂ ਪੋਲ ਬਰਾੜ ਹਾਂਗਕਾਂਗ ਵਾਲਿਆਂ ਦਾ ਜੀ ਆਇਆਂ, ਧੰਨਵਾਦ ਜੀ। ਲਾਲ ਜੀ ਨਾਲ ਹੀ ਜੌਂਡੀਅਰ ਟਰੈਕਟਰ ਵਾਲੇ ਸਾਡੇ ਵੀਰ ਮਸ਼ਹੂਰੀ ਦੇ ਲਈ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਉਹ ਜੌਂਡੀਅਰ ਟਰੈਕਟਰ ਵਾਲਿਆਂ ਨੂੰ ਮਿਲ ਸਕਦਾ। ਇਸੇ ਤਰ੍ਹਾਂ ਦਾ ਖੇਡ ਮੇਲਾ ਬਾਗੇ ਪੁਰਾਣੇ ਦੀ ਧਰਤੀ ਤੇ 21-22 ਨੂੰ ਦੇਖਣ ਨੂੰ ਮਿਲੇਗਾ, ਜਿੱਥੇ ਡਾਂਟਾ ਯੂਕੇ
ਵਿਸ਼ੇਸ਼ ਤੌਰ ਤੇ ਆਉਂਦਾ ਮੇਰੇ ਵੀਰੋ ਸੋਹਣੇ ਮੈਚ ਕਰਵਾਉਂਦਾ 71,000 ਤੇ 52,000 ਦੀ ਗੱਲ ਹੋਵੇਗੀ। 21-22 ਤਰੀਕ ਹੈ ਮੇਰੇ ਵੀਰੋ ਖੇਡ ਮੇਲੇ ਦੀ, 16-17 ਸਿੰਘਪੁਰਾ ਵੰਡਣ ਦੀ ਤਰੀਕ ਹੈ ਤੇ ਨਾਲ ਤਰੀਕ ਨੂੰ ਫਾਈਨਲ ਮੁਕਾਬਲੇ ਜਨੇਰ ਦੀ ਧਰਤੀ ਤੇ ਲਾਓ ਜੀ ਸਾਹਮਣੇ ਪੈਂਦੀ ਹੋਈ ਕਬੱਡੀ। ਨੱਥੋ ਹੀੜੀ ਵਾਲਾ ਫਿਰ ਕਬੱਡੀ ਪਾਉਂਦਾ ਹੋਇਆ, ਵਾਓ ਸੱਜਣ ਨਾਈ ਦੀ ਸਾ ਮਨ ਹੱਸਦਾ ਜਦੋਂ ਰੰਗ ਚੜੇ ਪਿਆਰ ਦਾ, ਫਿਰ ਦਿਲ ਹੋ ਜੇ ਦਿਲਦਾਰ ਦਾ। ਸਾਡਾ ਪਿਆਰ ਵੀ ਕੌਡੀ ਏ, ਦਿਲਦਾਰ ਵੀ ਕੌਡੀ ਏ, ਕੌਡੀ ਹੁਣ ਸਾਡੀ ਜਾਨ ਬਣ ਗਈ। ਕੌਡੀ ਹੈ ਤਾਂ ਕੌਡੀ ਦੇ ਕੋਚ ਬਣੇ ਸੁਖਿਆ, ਕੌਡੀ ਨਾਲ ਤੇਰੀ ਵੀ ਇੱਕ ਪਹਿਚਾਣ ਬਣ ਗਈ। ਪਈ ਹੋਈ ਕਬੱਡੀ ਹੈ ਔਰ ਲੱਗਿਆ ਹੋਇਆ ਜੱਫਾ ਜਨੇਤਪੁਰੇ ਦੀ ਧਰਤੀ ਦਾ। ਅਮਨਾ ਮੇਰੇ ਵੀਰੋ ਜਿੱਥੋਂ ਦੇ ਅਮਰੂ ਵੀ ਅੱਜ ਖੇਡਦਾ, ਜਿੱਥੋਂ ਦਾ ਸੁੱਖ ਹੈ ਔਰ ਜਿੱਥੋਂ ਦੇ ਵਧੀਆ ਖਿਡਾਰੀ ਮੇਰੇ ਵੀਰੋ ਪੈਦਾ ਹੋਏ ਨੇ। ਸਾਹਮਣੇ ਪੈਂਦੀ ਹੋਈ ਕਬੱਡੀ ਸੇਠੀ ਰੱਤੇ ਬਾਲ ਦੀ ਧਰਤੀ ਦਾ। ਕੌਂਕਿਆਂ ਵਾਲਾ ਨਿੱਕਾ, ਮਲਕ ਵਾਲਾ ਹਿੰਦਾ, ਭੂਰਾ ਪਰੋਵਾਲ ਦਾ ਨਿੱਕਾ ਅਖਾੜੇ ਵਾਲਾ ਮੇਰੇ ਵੀਰੋ ਕੋਸ਼ਿਸ਼ ਕਰਦਾ ਹੋਇਆ ਅੱਖ ਰੱਖ ਸੇਠੀ ਨੂੰ ਪਾਲਿਆਂ ਤੋਂ ਮੋੜਨ ਦੀ ਕੋਸ਼ਿਸ਼ ਕਰਦਾ। ਐ ਖਿਡਾਰੀ ਤੇ ਚੈਣਾ ਮਾਣ ਕਰਦਾ, ਹੱਥ ਰੱਖ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ। ਵਾਹ ਨਹੀਂ ਉਹ ਰਿਸ ਬੱਲੇ ਓਏ ਨਿੱਕਿਆ, ਨਹੀਂ ਰਿਸ ਹਿੱਕ ਵਿੱਚ ਬਲ ਹੋਵੇ ਲੋਕੀ ਤਾਂ ਪੁੱਛਦੇ ਸਿਰਨਾਵਾ, ਪੁੱਛੇ ਜਾਂਦੇ ਨੇ। ਥਾਪੀ ਦੇ ਦਿੱਤੀ ਹੈ ਚੈਣੇ ਨੇ ਮੇਰੇ ਵੀਰੋ, ਕਿਲੋ ਖੂਨ ਵੱਧ ਜਾਂਦਾ ਜਦ ਕੋਚ ਹੱਲਾ ਸ਼ੇਰੀ ਦੇ ਦੇਵੇ। ਬੇਨਤੀ ਰਾਉ ਕੇ ਵਾਲਾ ਬਿੰਦੂ ਨਾ ਸੱਜਣਾ ਰੂਮੀ ਵਾਲਾ ਬਿੰਦੂ 5-5 ਦੀ ਗੱਲ ਕਰ ਦਿੱਤੀ ਹੈ ਤੇ ਬਾਬਾ ਜੀ ਦੇ ਲੜਕਿਆਂ ਦੇ ਬਹੁਤ ਹੀ ਸੋਹਣੇ ਮੈਚ ਨੇ। ਹਾਂਜੀ ਸੋਹਣ ਸਿੰਘ ਹਾਂਗਕਾਂਗ ਵਾਲੇ ਡਰੋਲੀ ਭਾਈ ਤੋਂ ਸਪੈਸ਼ਲੀ ਤੌਰ ਤੇ ਦਿਲਬਾਗ ਗੱਜਣ ਵਾਲਾ ਤੇ ਸੁੱਖਾ ਕੰਡਿਆਲ ਨੂੰ 100-100 ਰੁਪਇਆ ਭੇਜਦੇ ਆ। ਅਸੀਂ ਸਰਦਾਰ ਸੋਹਣ ਸਿੰਘ ਹਾਂਗਕਾਂਗ ਡਰੋਲੀ ਭਾਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਾਓ ਜੀ ਸਾਹਮਣੇ ਹੰਤਾ ਗਿੱਦੜ ਵਿੰਡੀ ਵਾਲ ਬਾਹ ਸੱਜਣ, ਲਾਓ ਦੀ ਤਲਵਾਰ ਕਬੱਡੀ ਕਲੱਬ ਜਗਰਾਓਂ ਜਿਹੜੀ ਹੈ ਗਰਮ ਹੋ ਗਈ ਹੈ। ਹੈਲੋ ਔਰ ਉਹ ਲਾਲੀ ਨੇ ਰੇਡ ਪਾਈ ਪਰ ਹੰਤਾ ਲੈ ਗਿਆ ਨਾਲ ਹੀ। ਅਸੀਂ ਜੀ ਆਇਆ ਕਹਿੰਦੇ ਹਾਂ ਸਰਦਾਰ ਨਛੱਤਰ ਸਿੰਘ ਜੀ ਸੱਤਾ ਚੰਦ ਪੁਰਾਣਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ, ਉਹ ਸਾਡੇ ਦਰਮਿਆਨ ਪਹੁੰਚੇ ਹੋਏ ਆ। ਉਹਨਾਂ ਨੂੰ ਜੀ ਆਇਆ ਆਖਦੇ ਹਾਂ ਸੰਤ ਮਹਾਂਪੁਰਸ਼ਾਂ ਵੱਲੋਂ ਸਮੁੱਚੀ ਸਾਧ ਸੰਗਤ ਵੱਲੋਂ ਜੀ ਆਇਆਂ ਜੀ ਧੰਨਵਾਦ। ਗੁੱਗੂ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਮੇਰੇ ਵੀਰੋ ਗੁੱਗੂ ਦੇ ਹਿੱਸੇ ਹੈ ਔਰ ਕੋਸ਼ਿਸ਼ ਜਿਹੜੀ ਕੀਤੀ ਹੈ ਬਿੰਦੂ ਨੇ ਕੀਤੀ ਸੀ ਰੂਮੀ ਵਾਲੇ ਨੇ। ਅਗਲੀ ਕਬੱਡੀ ਦੇਖਣ ਵਾਲੀ ਹੈ ਨੱਥੂ ਹੇੜੀ ਦੀ ਧਰਤੀ ਦਾ ਇਹ ਖਿਡਾਰੀ ਕਬੱਡੀ ਕਬੱਡੀ ਕਰਦਾ ਹੋਇਆ ਕਹਿੰਦਾ ਔਰ ਦੇਖਣਾ ਵੀ ਹੰਤਾ ਬਾਹ ਸੱਜਣਾ ਕਹਿੰਦੇ ਜਿਹਨੂੰ ਜੱਫਾ ਲਾ ਦੇਵੇ ਤੇ ਦੁਬਾਰਾ ਨੱਕ ਨੀ ਕਰਦਾ। ਅੱਜ ਬਹੁਤ ਹੀ ਸੋਹਣੇ ਮੈਚ ਖੇਡੇ ਜਾ ਰਹੇ ਨੇ। ਮੈਂ ਅਗਲੀਆਂ ਅਕੈਡਮੀ ਕਰਦਾ ਜੋ ਰੂਲ ਇਜ਼ ਰੂਲ ਹੈ, ਆਜ਼ਾਦ ਕਬੱਡੀ ਅਕੈਡਮੀ ਘੱਲ ਕਲ, ਮੀਰੀ ਪੀਰੀ ਕਬੱਡੀ ਅਕੈਡਮੀ ਕਪੂਰਥਲਾ। 2 ਮਿੰਟ ਦਾ ਸਮਾਂ ਰਹਿ ਗਿਆ ਬਾਈ ਜੀ, ਸਿਰਫ 2 ਮਿੰਟ ਦਾ ਸਮਾਂ। ਬੇਨਤੀ ਰਾਓ ਕੇ ਜਨੇਤਪੁਰੀਆ ਅਮਨ, ਇੱਕ ਪਾਸੇ ਜ਼ੋਰ ਹੈ ਇੱਕ ਪਾਸੇ ਤਜਰਬਾ ਹੈ। ਗੁਰਸੇਵਕ ਸਿੰਘ ਜੀ ਗੁੱਲਾ ਕਹਿਲਗਿਰੀ ਵਾਲੇ ਨਾਲ ਸਾਡੇ ਸਤਿਕਾਰਯੋਗ ਸੱਜਣ NRI ਮਹਾਨ ਸ਼ਹੀਦਾਂ ਬੈਠੀਆਂ ਦੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੰਗ ਬਹਾਦਰ ਜੀ ਕਹਿਲਗਿਰੀ ਸਿੰਘਾਂ ਵਾਲਾ ਪਹੁੰਚ ਚੁੱਕੇ ਨੇ ਇੰਡੀਆ ਦੇ ਵਿੱਚ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ।
ਸਾਹਮਣੇ ਪੈਂਦੀ ਹੋਈ ਕਬੱਡੀ ਜਗਰਾਜ ਬਰਾੜ ਬਾਲੇ ਵਾਲੇ ਵੀ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ। ਇੰਦਾ ਬਾ ਸੱਜਣਾ ਨਹਿਰਿਸ, ਇਹ ਪੂਰਾ ਪਰੋਵਾਲ ਦੀ ਧਰਤੀ ਦਾ ਜਿਹਨੇ ਕੋਸ਼ਿਸ਼ ਕੀਤੀ ਮੇਰੇ ਵੀਰੋ ਪਰ ਨਾਕਾਮ ਰਹੀ। ਚੱਲ ਵੀ ਬਿੰਦਾ ਪਾ ਫਿਰ ਕਬੱਡੀ, ਅਗਲੀ ਕਬੱਡੀ ਫਿਰ ਕਬੱਡੀ ਪਾਉਂਦਾ ਹੋਇਆ ਗੁਰਵਿੰਦਰ। ਹੱਟ ਕਬੱਡੀ ਯਾਰਾਂ ਦੀ, ਇਹ ਖੇਡ ਵੱਡੇ ਸਰਦਾਰਾਂ ਦੀ, ਹੱਟ ਕਬੱਡੀ ਯਾਰਾਂ ਦੀ। ਇੱਧਰ ਕਾਲਮਾ ਵਾਲਾ ਭਲਵਾਨ ਫਿਰਦਾ ਹੈ, ਵਾਹ ਜੀ ਵਾਹ। ਗੁਰਵਿੰਦਰਾ ਹੱਥ ਖੜਾ ਕਰਦੀ ਬਾਈ ਦੀ ਕਾਲਮਾ ਵਾਲਾ, ਤਾੜੀਆਂ ਮਾਰਦੇ ਉਸ ਗੱਭਰੂ ਦੇ ਨਾਂ ਤੇ ਵੀ। ਹੈਲੋ ਮੇਰੇ ਵੀਰੋ, ਵਰਲਡ ਕਬੱਡੀ ਕੱਪ ਵੀ ਖੇਡਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਬੈਸਟ ਰੇਡਰ ਜਾਫੀ ਵੀ ਨਿਕਲਿਆ। ਹੈਲੋ ਵਾਹ ਜੀ ਵਾਹ। ਤੇ 1 ਤਰੀਕ ਨੂੰ ਨਵੀਂ ਨਵੀਂ ਮੈਰਿਜ ਵੀ ਹੋਈ ਹੈ ਕਾਲਮਾ ਵਾਲੇ ਦੀ, ਇਹ ਵੀ ਬਾਬਾ ਜੀ ਵੱਲੋਂ ਵਧਾਈਆਂ ਹੈ। ਸੁਖੇ ਵੀਰ ਇੱਕ ਮਿੰਟ, ਹਾਂਜੀ ਸਾਡੇ ਦਾਨੀ ਸੱਜਣਾ ਦਾ ਬਹੁਤ ਵੱਡਾ ਸਹਿਯੋਗ ਹੈ ਦਰਸ਼ਕ ਵੀਰੋ, ਇਸ ਕੱਪ ਨੂੰ ਤੁਹਾਡੀਆਂ ਨਜ਼ਰਾਂ ਤੱਕ ਲੈ ਕੇ ਆਉਣ ਦਾ। ਬਾਬਾ ਜੀ ਦੇ ਪਰਮ ਸੇਵਕ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਸਾਡੇ ਪ੍ਰਵਾਸੀ ਮਿੱਤਰ ਪਹੁੰਚੇ ਨੇ, ਬਾਬਾ ਜੀ ਦੇ ਸ਼ਰਧਾਵਾਨ ਗੁਰੂ ਘਰ ਦੇ ਸ਼ਰਧਾਲੂ, ਉੱਥੇ ਸਾਡੇ ਪਿੰਡ ਜਨੇਰ ਤੋਂ ਸਰਦਾਰ ਸਾਧੂ ਸਿੰਘ ਜੀ, ਪਿੰਡ ਜਨੇਰ ਤੋਂ ਸਰਦਾਰ ਸਾਧੂ ਸਿੰਘ ਜੀ ਜਿਨ੍ਹਾਂ ਨੇ 31,000 ਰੁਪਏ ਦੀ ਮਾਲੀ ਮਦਦ ਸਾਡੇ ਟੂਰਨਾਮੈਂਟ ਦੇ ਲਈ ਕੀਤੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂ ਸਰਦਾਰ ਸਾਧੂ ਸਿੰਘ ਜੀ ਜਨੇਰ ਕਿਰਪਾ ਕਰਕੇ ਉਹ ਸਟੇਜ 'ਤੇ ਆਉਣ, ਉਹਨਾਂ ਨੂੰ ਸਾਡੇ ਪਹਿਲੇ ਖੇਡ ਮੇਲੇ ਤੋਂ ਲੈ ਕੇ ਅੱਜ ਤੱਕ ਦੇ ਨਾਲ ਜੁੜੇ ਹੋਏ ਸਰਦਾਰ ਗੁਰਚੇਤਨ ਸਿੰਘ ਜੀ ਆਪਣੇ ਕਰ ਕਮਲਾਂ ਦੇ ਨਾਲ ਸਨਮਾਨਿਤ ਕਰਨਗੇ, ਉਹਨਾਂ ਦੇ ਨਾਲ ਹੋਣਗੇ। ਹਾਂਜੀ ਹਾਂਜੀ ਇੱਕੋ ਮਿੰਟ ਜੀ, ਦਸ਼ਮੇਸ਼ ਕਬੱਡੀ ਕਲੱਬ ਕਾਲਖ ਦੇ ਪੁਆਇੰਟ ਨੇ 32 ਤੇ ਹਰਜੀਤ ਐਂਡ ਤਲਵਾਰ ਕਬੱਡੀ ਅਕੈਡਮੀ ਦੇ ਅੰਕ ਨੇ 36.5। ਇਹਦੇ ਵਿੱਚ ਜਗਰਾਓਂ ਜੇਤੂ ਰਹੀ ਹੈ ਬਾਬਾ ਜੀ, ਉਹ ਸਾਰੇ ਖਿਡਾਰੀ ਪਹੁੰਚ ਚੁੱਕੇ ਆ ਜਿਹਨਾਂ ਤੇ ਤੁਹਾਨੂੰ ਮਾਣ ਸੀ, ਸੋਨੂ ਜੰਪ, ਇਬਰਾਹੀਮ ਵਾਲਾ, ਨਾਲ ਹੀ ਮਿੰਦੂ ਪੰਡੋਰੀ ਵਾਲਾ, ਠਿਗਲੀ ਵਾਲਾ ਸਾਡਾ ਵੀਰ, ਨਾਲ ਹੀ ਪਹਿਲਵਾਨ, ਸਾਰਿਆਂ ਦਾ ਅਸੀਂ ਜੀ ਆਇਆ ਕਰਦੇ ਹਾਂ। ਨਾਭਾ ਜੀ ਵੱਲੋਂ ਆਰਾ ਰੇਲ ਗੱਡੀ ਚਲਾ ਕੇ ਦਿਖਾਉਣੀ ਜੀ ਇਹਨਾਂ ਨੇ, ਇਹ ਵੀ ਰੇਲ ਗੱਡੀ ਹੈ ਜੀ, ਵੱਖਰੀ ਜੀ ਹੈ, ਲੱਤਾਂ 'ਚ ਲੱਤਾਂ ਪਸਾ ਕੇ ਅਸੀਂ ਵੱਖਰੀ ਬਣਾਈ। ਅਗਲੀ ਗੱਲ ਤਲਵਾਰ ਗੱਜਣ ਵਾਲਾ, ਵਾਹ ਵੀ ਵਾਹ। ਸੋ ਸਰਦਾਰ ਸਾਧੂ ਸਿੰਘ ਜੀ ਜਨੇਰ ਔਰ ਕੁਲਵੀਰ ਸਿੰਘ ਜੀ ਢੰਡੋਵਾਲ ਇੰਗਲੈਂਡ ਵਾਲੇ, ਇਹਨਾਂ ਦੇ ਢੰਡੋਵਾਲ ਵਾਲੇ ਪਰਿਵਾਰ ਦਾ ਕੋਈ ਵੀ ਮੈਂਬਰ ਜੇ ਸਾਡੇ ਕੋਲ ਇੱਥੇ ਆਏ ਨੇ, ਉਹਨਾਂ ਨੂੰ ਬੇਨਤੀ ਹੈ ਵੀ ਉਹ ਸਟੇਜ 'ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਢੰਡੋਵਾਲ ਪਰਿਵਾਰ ਨੇ ਵੀ 21,000 ਦੀ ਮੈਕਸ ਇੱਦਾਂ ਭੇਜੀ ਹੈ। ਸਾਡੇ ਖੇਡ ਪ੍ਰਮੋਟਰ ਬਾਈ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ, ਗੁਰਚੇਤਨ ਸਿੰਘ ਜੀ ਜਰਮੈਨ, ਉਹਨਾਂ ਨੂੰ ਸਨਮਾਨਿਤ ਕਰਨਗੇ। ਮੈਂ ਫਿਰ ਬੇਨਤੀ ਕਰਾਂ ਢੰਡੋਵਾਲ ਪਰਿਵਾਰ ਦੇ ਕੁਲਵੀਰ ਸਿੰਘ, ਉਹਨਾਂ ਦੇ ਕੋਈ ਵੀ ਪਰਿਵਾਰਕ ਮੈਂਬਰ ਸਰਦਾਰ ਸਾਧੂ ਸਿੰਘ ਜੀ ਜਨੇਰ ਤੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਦੋਨੇ ਸਾਡੇ ਦਾਨੀ ਸੱਜਣ ਪਹੁੰਚਣ। ਪਹਿਲਾ 1,00,000 ਦਾ ਇਨਾਮ ਵੀਰ ਜਗਤਾਰ ਸਿੰਘ ਜੀ ਤਾਰੀ ਤੇ ਹੈਰੀ ਬਰਾੜ ਹਾਂਗਕਾਂਗ, ਉਹਨਾਂ ਦੇ ਬੇਟੇ ਨੇ ਹੈਰੀ ਬਰਾੜ, ਉਹਨਾਂ ਵੱਲੋਂ ਹੈ।
ਜੋ ਪਿਛਲੇ 6 ਵਰਿਆਂ ਤੋਂ ਇਸ ਕੱਪ ਦੇ ਵਿੱਚ ਪਹਿਲਾ ਇਨਾਮ ਜਿਹੜਾ ਹਾਂਗਕਾਂਗ ਦੇ ਵਿਰਾਟ ਪਰਿਵਾਰ ਵੱਲੋਂ ਹੈ ਔਰ ਅਗਲੇ ਵਰੇ ਦੇ ਜਿਹੜੇ 75,000 ਤੇ 51,41 ਵਾਲੇ ਇਨਾਮ ਉਹ ਵੀ ਸਾਡੇ ਕੋਲ ਪਹੁੰਚ ਗਏ ਹੈ ਉਹ ਵੀ ਥੋੜੇ ਜਿਹੇ ਸਮੇਂ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਦੇ ਨਾਮ ਜਿਹੜੇ ਵਿਚਾਰ ਸਾਂਝੇ ਕਰਾਂਗੇ ਮੈਚ ਬਿਲਕੁਲ ਤਿਆਰ ਪਰ ਤਿਆਰ ਹੈ ਨਰਭੈ ਸਿੰਘ ਜੀ ਵਿਦੇਸ਼ਾ ਨੈੱਟ ਤੇ ਜੁੜੇ ਹੋਏ ਨੇ ਅਮਰੀਕ ਜਹਾਂਗੀਰ ਜੀ ਗੁਰਚੇਤਨ ਸਿੰਘ ਜੀ ਜਰਮਨ ਤੇ ਜਗਤਾਰ ਸਿੰਘ ਜੀ ਤਾਰੀ ਇਦਾਨੀ ਸੱਜਣਾਂ ਨੂੰ ਸਨਮਾਨਿਤ ਕਰਨਗੇ ਮੈਂ ਬੇਨਤੀ ਕਰਾਂ ਜੀ ਤੇ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਸਾਡੇ ਦਾਨੀ ਸੱਜਣ ਸਾਧੂ ਸਿੰਘ ਜੀ ਜਨੇਰ ਜਿਹਨਾਂ ਨੇ 31,000 ਰੁਪਇਆ ਸਾਡੇ ਟੂਰਨਾਮੈਂਟ ਲਈ ਭੇਜਿਆ ਉਹਨਾਂ ਨੂੰ ਉਹਨਾਂ ਦੇ ਭਤੀਜਾ ਜੀ ਨੂੰ ਸਨਮਾਨਿਤ ਕਰਦੇ ਹੋਏ ਸਾਡੇ ਗੁਰਚੇਤਨ ਜੀ ਜਰਮਨ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪ੍ਰਾਣਾ ਵਾਲੇ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਜੋ ਸਾਡੇ 1,00,000 ਰੁਪਏ ਦੇ ਫਸਟ ਪ੍ਰਾਈਜ਼ ਦੇ ਦਾਨੀ ਨੇ ਔਰ ਅਗਲੇ ਵਰਿਆਂ ਦੇ ਲਈ ਵੀ ਹੋਰ ਵੀ ਕਾਫੀ ਮਾਣ ਸਨਮਾਨ ਤੁਹਾਡੇ ਨਾਲ ਫੇਰ ਸਾਂਝੇ ਕਰਾਂਗੇ ਆਪਣੇ 10 ਨੌਹਾਂ ਦੀ ਕਿਰਤ ਕਮਾਈ ਦੇ ਵਿੱਚ ਉਹ ਵਿਰਾਟ ਪਰਿਵਾਰ ਨੇ ਬਹੁਤ ਦਿਲ ਖੋਲ ਕੇ ਗੱਫੇ ਦਿੱਤੇ ਨੇ ਧੰਨਵਾਦ ਹਾਂਜੀ ਦਿਲਬਾਗ ਅਗਲੇ ਮੈਚ ਦੇ ਲਈ ਹੈਲੋ ਸਿਰਜਣਹਾਰ ਸਵਾਮੀ ਸਤਿਗੁਰ ਤੂੰ ਮੇਰਾ ਦਾ ਸਾਈ ਫੇਡੇ ਖਾਖਾ ਭਟਕਦਿਆਂ ਨੂੰ ਠੇਕੇ ਹੱਥ ਬਚਾਈ ਸਭਨਾ ਦੀ ਪਤ ਰੱਖਣ ਵਾਲਿਆ ਢਕਲੀ ਮੇਰੇ ਪਾਜ ਦਾਤੇ ਅਕਰ ਕਿਰਪਾ ਹੁਣ ਰੱਖੀ ਦਾਸ ਦੀ ਲਾਜ ਦਾਤੇ ਅਕਰ ਕਿਰਪਾ ਕੀ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧੇ ਭੰਗੜੇ ਖੇਡਾਂ ਦੀ ਗੀਤ ਪ੍ਰਾਣੀ ਹੈ ਮਾਲਵੇ ਦੀ ਧਰਤੀ ਪਵਿੱਤਰ ਸਥਾਨ ਹੈ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਇਹ ਪਾਵਨ ਪਵਿੱਤਰ ਧਰਤੀ ਹੈ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਯਾਦ ਦੇ ਵਿੱਚ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਇਸ ਸਮੇਂ ਦੇਖਦੇ ਵੀ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਜਿਹੜੀ ਇਹ ਟੀਮ ਸਾਈਡ ਹੈ ਦੂਸਰੇ ਪਾਸੇ ਟੀਮ ਜਿਹੜੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੀ ਹੈ ਲਓ ਇੱਧਰਲੇ ਬਣੇ ਵੇਖਦੇ ਵੀ ਰਿੰਕੂ ਕਪੂਰਥਲੀਆ ਕਬੱਡੀ ਪਾ ਰਿਹਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਔਰ ਦੇਖਦੇ ਵੀ ਸਾਹਮਣੇ ਨੌਜਵਾਨ ਜਾਫੀ ਇੱਧਰਲੇ ਬੰਨੇ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਦਾ ਬੱਚੀ ਇਸ ਸਮੇਂ ਦੇਖਦੇ ਵੀ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਚੱਲ ਵੀ ਨੌਜਵਾਨ ਆ ਪਾ ਵੀ ਕਬੱਡੀ ਇੱਧਰਲੇ ਬੰਨੇ ਅਗਲੀ ਕਬੱਡੀ ਦੇਖਦੇ ਵੀ ਬਾਬੇ ਫਰੀਦ ਦੀ ਧਰਤੀ ਜ਼ਿਲ੍ਹੇ ਫਰੀਦਕੋਟ ਦਾ ਭਾਣਾ ਪਿੰਡ ਹੈ ਤੇ ਵੀ ਨੌਜਵਾਨ ਇਸ ਸਮੇਂ ਸੇਵਕ ਭਾਣੇ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਹੈ ਦੇਖਦੇ ਵੀ ਇੱਧਰਲੇ ਬੰਨੇ ਸੇਵਕ ਭਾੜੇ ਪਿੰਡ ਦਾ ਔਰ ਦੂਸਰੇ ਪਾਸੇ ਦੇਖਦੇ ਵੀ ਸੰਦੀਪ ਇਸ ਸਮੇਂ ਅਵਾਣ ਪਿੰਡ ਹੈ ਜ਼ਿਲ੍ਹੇ ਅੰਮ੍ਰਿਤਸਰ ਦਾ ਇੱਧਰਲੇ ਬੰਨੇ ਭਾਣਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਹੈ ਤੇ ਪੁਆਇੰਟ ਜਿਹੜਾ ਸੇਵਕ ਭਾਣੇ ਵਾਲਾ ਕਹਿੰਦੇ ਯੰਗ ਦੀ ਟੀਮ ਦੇ ਲਈ ਕੈਨੇਡਾ ਖੇਡਿਆ ਹੈ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਪੰਡੋਰੀ ਵਾਲਾ ਮਿੰਦੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਇੱਕ ਨੀ ਤੇ ਚੰਦ ਨਵਿਆਂ ਦਾ ਮਾਣਕ ਹੈ ਨਾਲ ਬੱਚੀ ਹੈ
ਅੰਬੂ ਘੱਲ ਕਲਾਂਦਾ ਤੇ ਸੋਨਾ ਘੱਲ ਕਲਾਂਦਾ ਇਸ ਸਮੇਂ ਚਾਰ ਜਾਫੀ ਹੈ ਔਰ ਪੰਡੋਰੀ ਵਾਲੇ ਮਿੰਦੂ ਦੀ ਕਬੱਡੀ ਲਓ ਇਸ ਸਮੇਂ ਦੇਖਦੇ ਵੀ ਪੁਆਇੰਟ ਜਿਹੜਾ ਸਾਧੂ ਸਿੰਘ ਜੀ ਬਰਾੜ ਕਬੱਡੀ ਦੀ ਬੇਹੱਦ ਹੀ ਸਤਿਕਾਰਯੋਗ ਹਸਤੀਆਂ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਪੁੱਜੀਆਂ ਹੋਈਆਂ ਨੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਵੀ ਦਾ ਹੈ ਚੱਲ ਵੀ ਗੱਭਰੂਆ ਭਾਵੀ ਕਬੱਡੀ ਇੱਧਰਲੇ ਬੰਨੇ ਡੌਲੇ ਉੱਤੇ ਸ਼ੇਰ ਬੁੱਕਦਾ ਹੈ ਚੱਲ ਵੀ ਨੌਜਵਾਨ ਹੈ ਇੱਧਰਲੇ ਬੰਨੇ ਵਾਹ ਗੁਰਵਿੰਦਰ ਕਾਲਮਾ ਵਾਲਾ ਵੇਖਦੇ ਵੀ ਦੁਨੀਆ ਭਰ ਦਾ ਪ੍ਰਸਿੱਧ ਜਾਫੀ ਇਸ ਸਮੇਂ ਕੋਸ਼ਿਸ਼ ਕਰ ਰਿਹਾ ਖੇਡ ਮੈਦਾਨ ਦੇ ਅੰਦਰ ਔਰ ਦੇਖਦੇ ਵੀ ਫੈਸਲਾ ਜਿਹੜਾ ਇਸ ਸਮੇਂ ਨੌਜਵਾਨ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਗੱਭਰੂ ਆ ਭਾਵੀ ਕਬੱਡੀ ਕੀ ਗੱਭਰੂ ਦੇਸ਼ ਮੇਰੇ ਤੇ ਸੋਹਣੇ ਚੌੜੀਆਂ ਹਿੱਕਾਂ ਤੇ ਬਣ ਵਾਹ ਇੱਧਰਲੇ ਬੰਨੇ ਵੇਖਦੇ ਵੀ ਸੁਰਖਪੁਰ ਪਿੰਡ ਕਹਿੰਦੇ ਦੁਨੀਆ ਦੇ ਪ੍ਰਸਿੱਧ ਖਿਡਾਰੀਆਂ ਦਾ ਨਗਰ ਹੈ ਧਰਮਾ ਦੇਖਦੇ ਵੀ ਸੁਰਖਪੁਰੀ ਆ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਸਾਹਮਣੇ ਦੇਖਦੇ ਵੀ ਚੰਦਨਾਵਾ ਪਿੰਡ ਹੈ ਮਾਨਕ ਨਾਮ ਹੈ ਛੋਟੀ ਉਮਰ ਹੈ ਪਰ ਦੇਖਦੇ ਵੀ ਹੌਸਲੇ ਬੜੇ ਵੱਡੇ ਇਸ ਨੌਜਵਾਨ ਦੇ ਇੱਧਰਲੇ ਬੰਨੇ ਵੇਖਦੇ ਵੀ ਪੁਆਇੰਟ ਜਿਹੜਾ ਧਰਮਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਛਾਂਟਵਾਂ ਜਾਂ ਸਰੀਰ ਹੈ ਨੌਜਵਾਨ ਕਬੱਡੀ ਖਿਡਾਰੀ ਦਾ ਭਲੂਰ ਪਿੰਡ ਕਹਿੰਦੇ ਵੀ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ ਸਮੇਂ ਨੌਜਵਾਨ ਕੀਪਾ ਭਲੂਰ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਕਨੀ ਤੇ ਵੇਖਦੇ ਵੀ ਵਾਲ ਪਿੰਡ ਦਾ ਜੋਬਣ ਹੈ ਦੂਸਰੀ ਕਨੀ ਤੇ ਥਿੰਗਲੀ ਵਾਲਾ ਅਮਨ ਹੈ ਲਓ ਕਾਲਮਾ ਵਾਲੇ ਗੁਰਵਿੰਦਰ ਦੇ ਨਾਲ ਹਲਕਾ ਜਿਹਾ ਟੱਚ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਲਓ ਇੱਧਰਲੇ ਇਬਰਾਹਿਮ ਵਾਲ ਪਿੰਡ ਹੈ ਦੁਨੀਆ ਸੋਨੂੰ ਜੰਪ ਦੇ ਨਾਂ ਦੇ ਨਾਲ ਜਾਣਦੀ ਇਸ ਸਮੇਂ ਦੇਖਦੇ ਵੀ ਕਬੱਡੀ ਪਾਉਂਦਾ ਹੋਇਆ ਨੌਜਵਾਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਹੈ ਚੰਦਨਾਮੇ ਵਾਲਾ ਮਾਣਕ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਅੰਦਰ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਸੋਨੂੰ ਦੇ ਹਿੱਸੇ ਜੁੜਦਾ ਹੋਇਆ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਣਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਾ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਚਾਹੀ ਦੀ ਫਲਾ ਦੀ ਹੀ ਹੱਡੀ ਲੰਘੇ ਆਣੀਆਂ ਸੌਖੀ ਨਹੀਂ ਉਹ ਖੇਡਣੀ ਕਬੱਡੀ ਲੰਘੇ ਆਣੀਆਂ ਕਬੱਡੀ ਖੇਡਣੀ ਸੌਖਾ ਕੰਮ ਨਹੀਂ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਇਸ ਸਮੇਂ ਪਾਈ ਹੋਈ ਕਬੱਡੀ ਕਰਮਾ ਲੋਹਾਂ ਪਿੰਡ ਦਾ ਔਰ ਇੱਧਰਲੇ ਬੰਨੇ ਵੇਖਦੇ ਵੀ ਕੀਤੀ ਹੋਈ ਕੋਸ਼ਿਸ਼ ਹੈ ਮਹਿਤਾਬ ਰਾਜੋ ਕੇ ਪਿੰਡ ਵਾਲੇ ਦੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ ਲਓ ਇੱਧਰ ਸਾਡੇ ਗੁਰਚੇਤਨ ਸਿੰਘ ਜੀ ਕਪੂਰਥਲੇ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਪਰ ਇਸ ਸਮੇਂ ਦੇਖਦੇ ਵੀ ਇੱਧਰਲੇ ਬੰਨੇ ਰਿੰਕੂ ਕਪੂਰਥਲੇ ਵਾਲਾ ਨੌਜਵਾਨ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਵੇਖਦੇ ਵੀ ਇੱਕ ਹਠੂਰ ਵਾਲਾ ਮੰਗਲ ਗੀਤਕਾਰੀ ਵਿੱਚ ਪ੍ਰਸਿੱਧ ਹੈ ਪਰ ਆਹ ਨੌਜਵਾਨ ਕਬੱਡੀ ਦਾ ਪ੍ਰਸਿੱਧ ਜਾਫੀ ਬਣ ਗਿਆ ਹੈ ਲਓ ਮੰਗਲ ਘੱਲਾਂ ਦਾ ਪਰ ਇੱਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਸੇਵਕ ਭਾਣੇ ਪਿੰਡ ਦਾ ਹਾਕਮ ਸਿੰਘ ਜੀ ਟੋਨਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਨਾਲ ਸੁੱਖ ਘੱਲ ਕਲਾਂ ਜੀ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਇਸ ਅਕੈਡਮੀ ਦੇ ਸਾਰੇ ਹੀ ਸਪਾਂਸਰ ਵੀਰਾਂ ਦੇ ਬਲਦੇਵ ਸਿੰਘ ਬੱਚੀ ਆ ਕੋਈ ਨੀ ਬਹਿ ਲੈਂਦੇ ਮੂਹਰੇ ਵਿਚਾਰਿਆਂ ਨੂੰ ਕੋਈ ਨਾ ਬੱਚੇ ਆ ਛੋਟੇ ਕੋਈ ਨੀ ਬਹਿ ਲੈਂਦੇ ਕੋਈ ਬਜ਼ੁਰਗ ਵਿਚਾਰਾ ਬਾਹਰ ਨਹੀਂ ਖੜ ਸਕਦਾ ਉਹਨੂੰ ਵੀ ਸਟੇਜ ਦੇ ਮੂਹਰੇ ਖਾਲੀ ਜਗ੍ਹਾ ਪਈ ਹੈ ਤੇ ਵਿਚਾਰਿਆਂ ਨੂੰ ਬਹਿ ਲੈਂਦੇ ਬਜ਼ੁਰਗਾਂ ਨੂੰ ਵੀ ਨੌਦਰ ਜਿਨੀ ਤਾਂ ਇਸ ਖੇਡ ਮੇਲੇ ਦੇ ਵਿੱਚ ਪੁੱਜੀਆਂ ਹੋਈਆਂ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਆਪਾਂ ਸਾਰਿਆਂ ਨੂੰ ਜੀ ਆਏ ਆਖਾਂਗੇ ਪੁੱਜੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਹੈ ਇਸ ਸਮੇਂ ਦੇਖਦੇ ਵੀ ਨੌਜਵਾਨ ਮਿੰਦੂ ਪੰਡੋਰੀ ਵਾਲਾ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਉੱਧਰ ਸਾਡੇ ਬਲਦੇਵ ਸਿੰਘ ਜੀ ਗਲੋਬਲ ਸਿਕਿਉਰਿਟੀ ਵਾਲੇ ਵੱਡੀਆਂ ਸੇਵਾਵਾਂ ਨੇ ਡਾਕਟਰ ਬਲਦੇਵ ਸਿੰਘ ਜੀ ਸਟੇਜ ਦੀਆਂ ਕਾਰਵਾਈਆਂ ਲਓ ਇੱਧਰਲੇ ਬੰਨੇ ਦੇਖਦੇ ਵੀ ਸਾਧੂ ਸਿੰਘ ਜੀ ਬਰਾੜ ਸਾਹਿਬ ਇਸ ਸਮੇਂ ਫੈਸਲਾ ਕਰਦੇ ਹੈ ਵੀ ਪੁਆਇੰਟ ਜਿਹੜਾ ਪੰਡੋਰੀ ਵਾਲੇ ਇੱਧਰਲੇ ਬੰਨੇ ਅਗਲੀ ਕਬੱਡੀ
ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਗੋਰੇ ਨਿਸ਼ੋਰੇ ਰੰਗ ਦੇ ਵਿੱਚ ਕਬੱਡੀ ਪਾ ਰਿਹਾ ਹੈ, ਉੱਚਾ ਲੰਮਾ ਕੱਦ ਹੈ, ਦੇਖਦੇ ਵੀ ਪਾਈ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ, ਪਰ ਦੂਸਰੇ ਪਾਸੇ ਵੇਖਦੇ ਵੀ ਥਿੰਗਲੀ ਪਿੰਡ ਹੈ, ਦੁਨੀਆ ਅਮਨ ਦੇ ਨਾਂ ਦੇ ਨਾਲ ਜਾਣਦੀ ਹੈ। ਇਸ ਸਮੇਂ ਨੌਜਵਾਨ ਲਾਉਂਦਾ ਹੋਇਆ ਜੱਫਾ ਖੇਡ ਮੈਦਾਨ ਦੇ ਅੰਦਰ, ਦੇਖਣਾ ਵੀ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਜੁੜੇਗਾ। ਨੌ ਦੋ ਤਿੰਨ ਤੇ ਚਾਰ ਤਰੀਕ ਜਿਹੜੀ ਹਮੀਰਗੜ੍ਹ ਦੇ ਖੇਡ ਮੇਲੇ ਦੀਆਂ ਤਰੀਕਾਂ, ਜਿੱਥੇ 41,000 ਤੇ 31,000 ਪ੍ਰਾਈਜ਼ ਹੈ, ਬੈਸਟ ਰੇਡਰ ਜਾਪੀ ਦੇ ਲਈ ਮੋਟਰਸਾਈਕਲ ਹੋਣਗੇ। ਇਧਰਲੇ ਬਣੇ ਧਰਮਾ ਵੇਖਦੇ ਵੀ ਸੁਰਖਪੁਰ ਪਿੰਡ, ਕਹਿੰਦੇ ਵੀ ਕੀਪੇ ਵਰਗਿਆਂ ਦਾ, ਗਾਂਧੀ ਵਰਗੇ ਕਬੱਡੀ ਦੇ ਮਹਾਰਥੀ ਜਿਸ ਨਗਰ ਨੇ ਪੈਦਾ ਕੀਤੇ, ਲਓ ਉਸੇ ਹੀ ਪਿੰਡ ਦਾ ਆਹ ਨੌਜਵਾਨ ਗੱਭਰੂ ਇਸ ਸਮੇਂ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ। ਚਾਰ ਜਾਪੀ ਨੇ ਇਸ ਸਮੇਂ, ਦੇਖਦੇ ਵੀ ਮੰਗਲ ਨਾਲ ਬੱਚੀ ਹੈ। ਔਰ ਇਧਰਲੇ ਬਣੇ ਸੋਨਾ ਘੱਲ ਕਲਾਂ ਦੀ ਧਰਤੀ ਦਾ ਨੌਜਵਾਨ ਕਰਦਾ ਹੋਇਆ ਪੂਰੀ ਕੋਸ਼ਿਸ਼ ਖੇਡ ਮੈਦਾਨ ਦੇ ਅੰਦਰ, ਪਰ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਚੱਲ ਵੀ ਨੌਜਵਾਨਾ ਪਾ ਵੀ ਕਬੱਡੀ ਕੀਪਾ, ਦੇਖਦੇ ਵੀ ਭਲੂਰ ਪਿੰਡ ਦਾ। ਲਓ ਦੂਸਰੇ ਪਾਸੇ ਵੇਖਦੇ ਵੀ ਥਿੰਗਲੀ ਵਾਲੇ ਅਮਨ ਦੀ ਇਸ ਸਮੇਂ ਕੀਤੀ ਹੋਈ ਕੋਸ਼ਿਸ਼ ਹੈ ਖੇਡ ਮੈਦਾਨ ਦੇ ਅੰਦਰ। ਔਰ ਦੇਖਦੇ ਵੀ ਇੱਧਰ ਮਾਧਪੁਰੀ ਅਕਾਲਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਫੈਸਲਾ ਜਿਹੜਾ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਓ ਅਗਲੀ ਕਬੱਡੀ ਇਸ ਸਮੇਂ ਤਲਵਿੰਦਰ ਸਿੰਘ ਸੋਨੂ ਇਬਰਾਹਿਮ ਵਾਲ ਪਿੰਡ ਹੈ ਦੇ ਨਾਂ ਦੇ ਨਾਲ ਮਾਣ ਬਖਸ਼ਦੀ ਹੈ, ਦੇਖਦੇ ਵੀ ਇਸ ਸਮੇਂ ਪੈਂਦੀ ਹੋਈ ਕਬੱਡੀ ਹੈ। ਲਓ ਇੱਧਰਲੇ ਬੰਨੇ ਸਾਹਮਣੇ ਫੈਸਲਾ ਕੀ ਹੈ ਵੀ ਨੌਜਵਾਨ ਪੁਆਇੰਟ ਜਿਹੜਾ ਸੋਨੂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਇਹ ਪੁਆਇੰਟ ਜਿਹੜਾ ਇਸੇ ਨਾਲ ਹੀ ਪਹਿਲੀ ਵਾਟਰ ਬ੍ਰੇਕ ਜਿਹੜੀ ਇਸ ਖੇਡ ਮੈਦਾਨ ਦੀ। ਅਗਲਾ ਜਿਹੜਾ ਮੈਚ ਹੈ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ, ਤਿਆਰੀ ਖਿੱਚ ਲਓ ਮੇਰੇ ਵੀਰ, ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਇਸ ਤੋਂ ਅਗਲੇ ਮੈਚਾਂ ਦੇ ਲਈ ਗਰਾਊਂਡਾਂ ਵੱਲ ਆ ਜਾਣ। ਸਰਦਾਰ ਨਛੱਤਰ ਸਿੰਘ ਜੀ ਬਰਾੜ, ਚੇਅਰਮੈਨ ਸਾਹਿਬ ਸਿੰਘਾਂ ਵਾਲਾ, ਉਹਨਾਂ ਦੇ ਪਰਿਵਾਰ ਦੇ ਕੋਈ ਵੀ ਮੈਂਬਰ ਜੇ ਇੱਥੇ ਆਏ ਹੋਣ, ਕਿਰਪਾ ਕਰਕੇ ਸਾਨੂੰ ਸਟੇਜ ਤੇ ਆ ਕੇ ਮਿਲਣ, ਅਸੀਂ ਉਹਨਾਂ ਨੂੰ ਸਨਮਾਨਿਤ ਕਰਨ ਦਾ ਮਾਣ ਪ੍ਰਾਪਤ ਕਰਾਂਗੇ। ਜਿਨ੍ਹਾਂ ਨੇ, ਚੇਅਰਮੈਨ ਸਾਹਿਬ ਨੇ 6100 ਰੁਪਈਆ ਸਾਡੇ ਟੂਰਨਾਮੈਂਟ ਕਮੇਟੀ ਲਈ ਭੇਜਿਆ, ਸਰਦਾਰ ਨਛੱਤਰ ਸਿੰਘ ਜੀ ਚੇਅਰਮੈਨ ਸਾਹਿਬ, ਥੈਂਕ ਯੂ। ਸਰਦਾਰ ਸਰਵਣ ਸਿੰਘ ਜੀ ਚੰਦਪੁਰਾਣਾ 5100 ਰੁਪਏ ਦੀ ਮਾਲੀ ਸਹਾਇਤਾ ਸਾਨੂੰ ਭੇਜਦੇ ਨੇ। ਇਹਨਾਂ ਦੇ ਭਤੀਜੇ ਸਰਦਾਰ ਬੇਅੰਤ ਸਿੰਘ ਸਾਨੂੰ ਕੈਨੇਡਾ ਤੋਂ, ਉਹਨਾਂ ਵੱਲੋਂ ਮਾਣ ਸਤਿਕਾਰ ਮਿਲ ਰਿਹਾ। ਸੋ ਇਸ ਪਰਿਵਾਰ ਦਾ ਵੀ ਕੋਈ ਵੀ ਮੈਂਬਰ ਆ ਕੇ ਸਾਡੇ ਕੋਲੋਂ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣ। ਨਾਲ ਹੀ ਬੇਨਤੀ ਹੈ ਜੀ, ਸਰਦਾਰ ਰਣਧੀਰ ਸਿੰਘ ਜੀ ਪਿੰਡ ਬਾਜੜਾ, 5100 ਰੁਪਏ ਦਾ ਮਾਣ ਇਸ ਪਰਿਵਾਰ ਵੱਲੋਂ ਹੈ, ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣ। ਮੈਂ ਫਿਰ ਬੇਨਤੀ ਕਰਾਂ ਸਾਡੇ ਨਛੱਤਰ ਸਿੰਘ ਜੀ, ਚੇਅਰਮੈਨ ਸਾਹਿਬ ਸਿੰਘਾਂ ਵਾਲਾ, ਰਣਧੀਰ ਸਿੰਘ ਜੀ, ਸਰਵਣ ਸਿੰਘ ਜੀ, ਸੋ ਕਾਰਜੋਗ ਸੱਜਣ ਇਹਨਾਂ ਦੇ ਪਰਿਵਾਰਕ ਮੈਂਬਰ ਜੇ ਹੁਣ ਸਾਡੇ ਨਾਲ ਇੱਥੇ ਆ ਕੇ ਸੰਪਰਕ ਕਰਨ, ਧੰਨਵਾਦ। ਲਓ ਇੱਧਰਲੇ ਬੰਨੇ ਵੇਖਦੇ ਵੀ ਰਿੰਕੂ ਕਪੂਰਥਲੀਆ ਇਸ ਸਮੇਂ ਨੌਜਵਾਨ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਇੱਧਰਲੇ ਬੰਨੇ ਹਲਕਾ ਜਿਹਾ ਟੱਚ ਹੈ ਘਾਲਾਂ ਵਾਲੇ ਮੰਗਲ ਦੇ ਨਾਲ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਹੈ ਕਿ ਜੋਸ਼ ਹੋਸ਼ ਤਕਨੀਕ ਦੀ ਅੱਜ ਕੱਲ੍ਹ ਖੇਡ ਕਬੱਡੀ ਵੀ ਨਿਰੇ ਚੋਰ ਵਾਲੇ ਨੂੰ ਜਾਫੀ ਢਾਹੀ ਜਾਂਦੇ ਨੇ ਤੇ ਤੇਜ਼ ਨਿਗਾਹਾਂ ਵਰਗੀ ਹੁੰਦੀ ਜਿਹੜੇ ਰੇਡਰਾਂ ਦੀ, ਪਤਾ ਨਹੀਂ ਲੱਗਦਾ ਕਦੋਂ ਕਿਹਨੂੰ ਹੱਥ ਲਾਹੀ ਜਾਂਦੇ ਨੇ ਕਿ ਰੱਬ ਵਾਂਗਰਾ ਗੇਮ ਪੂਜਦੇ ਜੋ ਜੱਦੀ ਲੰਗੋਟੇ ਦੇ
ਉਹ ਖਿਡਾਰੀ ਯਾਰੋ ਨਾਮ ਕਮਾ ਹੀ ਜਾਂਦੇ ਨੇ ਤੇ ਲੰਘੇ ਵਾਲੀਆਂ ਯੋਧੇ ਆਏ ਦਿਨ ਚਾਰ ਜਵਾਨੀ ਦੇ ਸਾਹਬ ਲੈਂਦੇ ਜੋ ਹਰ ਮੈਦਾਨੇ ਸ਼ਾਹੀ ਜਾਂਦੇ ਨੇ। ਲੋ ਮਹਿਤਾਬ ਦੀ ਕੀਤੀ ਹੋਈ ਕੋਸ਼ਿਸ਼ ਪਰ ਪੁਆਇੰਟ ਜਿਹੜਾ ਭਾਣੇ ਪਿੰਡ ਦੇ ਸੇਵਕ ਦੇ ਹਿੱਸੇ ਜੁੜਿਆ ਹੋਇਆ ਪੰਡੋਰੀ ਵਾਲੇ ਮਿੰਦੂ ਦੀ ਆਪਾਂ ਕਬੱਡੀ ਦੇ ਨਾਲ ਫਿਰ ਜੁੜਦੇ ਨਾਲ ਹੀ ਧੰਨਵਾਦ ਹੈ ਸਾਰੇ ਹੀ ਸਾਡੇ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਇਸ ਖੇਡ ਮੇਲੇ ਦੇ ਵਿੱਚ ਯੋਗਦਾਨ ਪਾਏ ਹੈ। ਉੱਧਰ ਸਾਡੇ ਜਗਤਾਰ ਤਾਰੀ ਜੀ ਚਾਂਦਨਵਾ ਪਿੰਡ ਹੈ ਹਾਂਗਕਾਂਗ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਪੁੱਜੇ ਹੈ ਕਹਿੰਦੇ ਵੀ ਜਿਹੜੀ ਟੀਮ ਇਸ ਖੇਡ ਮੇਲੇ ਦੇ ਵਿੱਚੋਂ ਲਗਾਤਾਰ ਪਿੰਡ ਪੱਧਰ ਦੀ 3 ਸਾਲ ਜਿੱਤੇਗੀ ਆਪਾਂ ਉਸ ਟੀਮ ਨੂੰ 5 ਲੱਖ ਰੁਪਇਆ ਦੇਵਾਂਗੇ ਔਰ ਅਕੈਡਮੀਆਂ ਦੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਸਨੀ ਸੇਖੋ ਜੀ ਔਰ ਤਾਰੀ ਹਾਂਗਕਾਂਗ ਜੀ ਕਹਿੰਦੇ ਆਪਾਂ 11,000 ਰੁਪਏ ਦੇ ਮਾਣ ਬਖਸ਼ਾਂਗੇ। ਕੁਲਦੇਵ ਸਿੰਘ ਜੀ ਹੈਲੋ ਹਾਂਜੀ ਕਪੂਰਥਲਾ ਦੇ ਖਿਡਾਰੀ ਰਿੰਕੂ ਤੇ ਧਰਮਾ ਉਹਨਾਂ ਨੂੰ ਸਰਦਾਰ ਗੁਰਚੇਤਨ ਸਿੰਘ ਜੀ ਜਰਮਨ ਵਾਲੇ ਕਪੂਰਥਲੇ ਵਾਲੇ ਸਪੈਸ਼ਲੀ ਤੌਰ ਤੇ ਦੋਨਾਂ ਨੂੰ ਸਾਂਝੇ ਤੌਰ ਤੇ 500 ਰੁਪਇਆ ਇਨਾਮ ਭੇਜਦੇ ਹੈ। ਗੁਰਚੇਤਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਲਓ ਰਿੱਕੀ ਗਹੌਰ ਵਾਲਾ ਪਰ ਪੁਆਇੰਟ ਇਸ ਸਮੇਂ ਥਿੰਗਲੀ ਵਾਲੇ ਅਮਨ ਦਾ ਹੈ ਤੇ ਅੰਕ ਜਿਹੜਾ ਇਸ ਸਮੇਂ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ। ਲਓ ਇਧਰਲੇ ਬੰਨੇ ਵੇਖਦੇ ਵੀ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਇਧਰਲੇ ਬੰਨੇ ਧਰਮਾ ਸੁਰਖਪੁਰੀਆ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਔਰ 4 ਜਾਪੀ ਨੇ ਦੇਖਦੇ ਵੀ ਇਧਰਲੇ ਬੰਨੇ ਪਾਈ ਹੋਈ ਕਬੱਡੀ ਹੈ। ਮੰਗਲ ਘੱਲਾਂ ਦਾ ਬੱਚੀ ਅਚਰ ਵਾਲੀ ਆ ਨਾਲ ਸੋਨਾ ਹੈ ਤੇ ਮੰਗਲ ਹੈ ਇਧਰ ਅੰਬੂ ਹੈ ਪਰ ਇਸ ਸਮੇਂ ਮੰਗਲ ਦੀ ਕੀਤੀ ਹੋਈ ਕੋਸ਼ਿਸ਼ ਹੈ। ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਘੱਲ ਕਲਾਂ ਪਿੰਡ ਦਾ ਮੰਗਲ ਇਸ ਸਮੇਂ ਨੌਜਵਾਨ ਜੱਫਾ ਲਾਉਣ ਦੀ ਪੂਰੀ ਤਿਆਰੀ ਕਰਦਾ ਹੋਇਆ ਹੈ ਪਰ ਇਸ ਸਮੇਂ ਦੇਖਦੇ ਵੀ ਸੁਰਖਪੁਰੀਆ ਨੌਜਵਾਨ ਆਖਦਾ ਵੀ ਪੁਆਇੰਟ ਜਿਹੜਾ ਗੱਭਰੂ ਆ ਮੇਰੇ ਹਿੱਸੇ ਹੈ। ਇਧਰਲੇ ਬੰਨੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਲਓ ਇਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ ਨੌਜਵਾਨ ਕੀਪਾ ਭਲੂਰ ਪਿੰਡ ਦਾ 4 ਜਾਫੀ ਹੈ ਦੇਖਦੇ ਵੀ ਕੌਣ ਗੱਭਰੂ ਲਾਲ ਤਕੜਾ ਜਾਂ ਜੱਫਾ ਇਸ ਸਮੇਂ ਬੱਲੇ ਬੱਲੇ ਕਰਵਾਵੇਗਾ। ਲਓ ਇਧਰਲੇ ਬੰਨੇ ਵੇਖਦੇ ਵੀ ਜ਼ਿਲ੍ਹੇ ਅੰਮ੍ਰਿਤਸਰ ਦਾ ਰਾਜੋ ਕੇ ਪਿੰਡ ਹੈ ਮਹਿਤਾਬ ਨਾਮ ਹੈ ਪਰ ਪੁਆਇੰਟ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂ ਪਾਵੀ ਕਬੱਡੀ ਤਲਵਿੰਦਰ ਸਿੰਘ ਸੋਨੂੰ ਜੰਪ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਦੇਖਦੇ ਵੀ ਗੁਰਦੇਵ ਸਿੰਘ ਦੇ ਸਪੁੱਤਰ ਦੀ ਪਾਈ ਹੋਈ ਕਬੱਡੀ ਹੈ ਕੀ ਇਧਰਲੇ ਬੰਨੇ ਪਾਈ ਹੋਈ ਕਬੱਡੀ ਪਰ ਦੂਸਰੇ ਪਾਸੇ ਦੇਖਦੇ ਵੀ ਕਰਮ ਸਿੰਘ ਦਾ ਲਾਡਲਾ ਪੁੱਤਰ ਅਮਨਦੀਪ ਸਿੰਘ ਅੰਬੂ ਘੱਲਕਲਾ ਪਿੰਡ ਹੈ ਪੂਰੀ ਕੋਸ਼ਿਸ਼ ਕਰਦਾ ਹੋਇਆ ਹੈ ਕਿ ਇਧਰਲੇ ਬੰਨੇ ਕਿ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਤੇ ਦਿਖਾ ਦੇ ਹੁਣ ਕੌਡੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਮਾਣ ਕਰਦੇ ਗੁਣਾ ਬਿਣਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ। ਲਓ ਇਧਰਲੇ ਬੰਨੇ ਵੇਖਦੇ ਵੀ ਸਿੰਘ ਸਰਦਾਰ ਨੌਜਵਾਨ ਲੱਖਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੇ ਲਈ ਇਧਰਲੇ ਬੰਨੇ ਪੁਆਇੰਟ ਜਾਫੀਆਂ ਦਾ ਸਾਡੇ ਵੀਰ ਜਗਸੀਰ ਸਿੰਘ ਜੱਗਾ ਕੈਨੇਡਾ ਚੰਦਪੁਰਾਣਾ ਵਾਸੀ NRI ਪ੍ਰਵਾਸੀ ਵੀਰ ਉਹ ਸਾਡੇ ਦਰਮਿਆਨ ਇਸ ਖੇਡ ਮੇਲੇ ਤੇ ਪਹੁੰਚ ਸੋਨੂੰ ਜੰਪ ਦੇ ਲਈ 500 ਰੁਪਏ ਦਾ ਮਾਣ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵਾਲੇ ਸੋਨੂੰ ਜੰਪ ਦੇ ਲਈ ਬਹੁਤ ਪਰਮ ਸੇਵਕ ਨੇ ਬੜਾ ਪਿਆਰ ਹੈ ਗੁਰੂ ਘਰ ਦੇ ਨਾਲ ਬਾਬਾ ਜੀ ਦੇ ਨਾਲ ਸੋਨੂੰ ਜੰਪ ਦਾ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦਾ ਆਸ਼ੀਰਵਾਦ ਵੀ ਹਮੇਸ਼ਾ ਖੇਤਰ ਦੇ ਜ਼ਰੀਏ ਦਾ ਸਮੁੱਚੀ ਟੀਮ ਦੇ ਨਾਲ ਬਾਬਾ ਜੀ ਦਾ ਆਸ਼ੀਰਵਾਦ ਹਮੇਸ਼ਾ ਪਿਆਰ ਇਹਨਾਂ ਦੇ ਨਾਲ ਰਿਹਾ ਹੈ। ਸੋ 500 ਰੁਪਏ ਦਾ ਮਾਣ ਸੋਨੂੰ ਜੰਪ ਦੇ ਲਈ ਵਾਹ ਇਧਰਲੇ ਬੰਨੇ ਵੇਖਦੇ ਵੀ ਅਵਾਰਡ ਪਿੰਡ ਹੈ
ਦੁਨੀਆ ਸੰਦੀਪ ਦੇ ਨਾਂ ਦੇ ਨਾਲ ਜਾਣਦੀ ਹੈ, ਪਰ ਪੁਆਇੰਟ ਦੇਖਦੇ ਵੀ ਲੋਹਾਂ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਕਰਮਾ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਪੰਡੋਰੀ ਵਾਲਾ ਮਿੰਦੂ ਇਸ ਸਮੇਂ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੁਕਾਬਲਾ ਹੋਇਆ ਕਬੱਡੀ ਪਾਉਣ ਦੇ ਲਈ ਇਸ ਸਮੇਂ ਪੈਂਦੀ ਹੋਈ ਕਬੱਡੀ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਤੇਰੀ ਰਜ਼ਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ ਨਾਲ ਮਿਲਦੇ ਕਰੋੜੀ ਨਹੀਂ ਲੱਖੀ ਮਾਲਕਾ ਨਿਗਾ ਮੇਰ ਦੀ ਗਰਾਉਂਡੀ ਉੱਤੇ ਰੱਖੀ ਮਾਲਕਾ ਮਾਣਕ ਚਾਂਦਨਾਮਾ ਪਿੰਡ ਹੈ। ਲਓ ਇਸ ਸਮੇਂ ਦੇਖਦੇ ਵੀ ਨੌਜਵਾਨ ਲਾਉਂਦਾ ਹੋਇਆ ਜੱਫਾ ਖੇਡ ਮੈਦਾਨ ਦੇ ਅੰਦਰ। ਲਓ ਇੱਧਰਲੇ ਬੰਨੇ ਪੁਆਇੰਟ ਜਿਹੜਾ ਨੌਜਵਾਨ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਕਿ ਗੋਰਾ ਨਿਸ਼ੋਰਾ ਰੰਗ ਮੁੰਡਾ ਗੁੰਦਵੇਂ ਸਰੀਰ ਦਾ ਵਾਰ ਇਹਦਾ ਏਦਾਂ ਯਾਰੋ ਜਿਵੇਂ ਹੋਵੇ ਤੀਰ ਦਾ ਕਿ ਵਾਰ ਇਹਦਾ ਏਦਾਂ ਯਾਰੋ ਜਿਵੇਂ ਹੋਵੇ ਤੀਰ ਦਾ ਗੋਰਾ ਨਿਸ਼ੋਰਾ ਰੰਗ ਮੁੰਡਾ ਗੁੰਦਵੇਂ ਸਰੀਰ ਦਾ। ਪਰ ਇਸ ਸਮੇਂ ਕਬੱਡੀ ਭਾਣੇ ਵਾਲੇ ਸੇਵਕ ਦੀ ਹੈ ਜਿਹੜੇ ਪਿੰਡ ਦਾ ਜਿੰਦਰ ਵੀ ਕਹਿੰਦੇ ਨੌਜਵਾਨ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਪਰ ਇਸ ਸਮੇਂ ਦੇਖਦੇ ਵੀ ਨੌਜਵਾਨ ਇੱਧਰਲੇ ਬੰਨੇ ਸੇਵਕ ਭਾਣੇ ਪਿੰਡ ਦਾ, ਪਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਇਸ ਸਮੇਂ ਮਹਿਤਾਬ ਰਾਜੋਕੇ ਵਾਲਾ ਪੂਰੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਤੇ ਪੁਆਇੰਟ ਜਿਹੜਾ ਮਾਧਪੁਰੀ ਕਾਲਾ ਇਸ ਸਮੇਂ ਵੀ ਧਾਵੀ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਨੌਜਵਾਨ ਭਾਵੀ ਕਬੱਡੀ ਧਰਮਾ ਸੁਰਖਪੁਰੀਆ ਪਾਉਣ ਦੇ ਲਈ ਕਿ ਚੰਗੀਆਂ ਅੱਖਾਂ ਖੁਰਾਕਾਂ ਮਿਹਨਤ ਲਾਉਣੀ ਪੈਂਦੀ ਹੈ, ਇਸ਼ਕ ਮੁਸ਼ਕ ਤੋਂ ਯਾਰੋ ਅੱਖ ਬਚਾਉਣੀ ਪੈਂਦੀ ਹੈ ਕਿ ਪੈਂਦੀਆਂ ਨਾ ਕਦੇ ਪੂਰੀਆਂ ਕੁੜੀਆਂ ਪਿੱਛੇ ਲੜ ਲੜ ਕੇ ਤੇ ਹੁੰਦੀਆਂ ਨੇ ਮਸ਼ਹੂਰੀਆਂ ਮੋੜਾਂ ਉੱਤੇ ਖੜ ਖੜ ਕੇ ਕਿ ਕਰਨਾ ਪਵੇ ਸਰੀਰ ਜਿਵੇਂ ਕਹਿਣਾ ਸੁਨਿਆਰ ਦਾ ਤੇ ਫੇਰ ਕਿਤੇ ਲੰਘੇ ਆਣੀਆਂ ਰੁਤਬਾ ਮਿਲੇ ਸਟਾਰ ਦਾ। ਇੱਕ ਪਾਸੇ ਅੰਬੂ ਹੈ ਕਲਕਲਾ ਪਿੰਡ ਦਾ, ਪਰ ਦੂਸਰੇ ਪਾਸੇ ਵੇਖਦੇ ਵੀ ਧਰਮਾ ਹੈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ। ਇਸੇ ਨਾਲ ਹੀ ਹਾਫ ਸਮਾਂ ਔਰ ਹਾਫ ਸਮੇਂ ਤੱਕ ਦਾ ਜਿਹੜਾ ਲੇਖਾ ਜੋਖਾ ਪੁਆਇੰਟਾਂ ਦਾ ਅਗਲੇ ਮੈਚ ਲਈ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ। ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਦੇ ਪੁਆਇੰਟ ਜਿਹੜੇ ਸਾਡੇ 12 ਪੁਆਇੰਟ ਹੈ, ਸਾਡੇ 12 ਪੁਆਇੰਟ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਘੱਲ ਕਲਾਂ ਔਰ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੇ 18 ਪੁਆਇੰਟ ਹੈ। ਸਾਡੇ 12 ਤੇ 18 ਦਾ ਮੁਕਾਬਲਾ ਜਿਹੜਾ ਹਾਫ ਸਮੇਂ ਤੱਕ ਹੈ, ਹਾਫ ਤੋਂ ਬਾਅਦ ਪਾਸੇ ਜਿਹੜੇ ਚੇਂਜ ਹੋ ਗਏ ਹੈ ਆਪਾਂ ਦੇਖਾਂਗੇ ਵੀ ਕਿਹੜੀ ਟੀਮ ਬੜਤ ਹਾਸਲ ਕਰੇਗੀ। ਹੈਲੋ ਸਰਦਾਰ ਨੰਦ ਸਿੰਘ ਜੀ ਬਰਾੜ MC ਸਾਹਿਬ 100 ਰੁਪਏ ਦਾ ਮਾਨ ਦਿਲਬਾਗ ਸਿੰਘ ਤੋਂ, ਉਹਨਾਂ ਤੋਂ ਖੁਸ਼ ਹੋ ਕੇ ਸਰਦਾਰ ਹਰਚੰਦ ਸਿੰਘ ਜੀ ਪੁਰਾਣੇ ਵਾਲਾ ਕੈਨੇਡਾ 200 ਰੁਪਏ ਦਾ ਮਾਨ ਉਹਨਾਂ ਵੱਲੋਂ ਦਿਲਬਾਗ ਸਿੰਘ ਦੇ ਲਈ ਬਹੁਤ ਬਹੁਤ ਧੰਨਵਾਦ। ਨੰਦ ਸਿੰਘ ਜੀ ਬਰਾੜ ਸਾਹਿਬ, ਹਰਚੰਦ ਸਿੰਘ ਜੀ ਪੁਰਾਣੇ ਵਾਲਾ ਕੈਨੇਡਾ, ਥੈਂਕ ਯੂ। ਲਓ ਇੱਧਰਲੇ ਬੰਨੇ ਵੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ ਹੈ, ਉੱਧਰਲੇ ਬੰਨੇ ਅਸੀਂ ਧੰਨਵਾਦ ਕਰਦੇ ਹਾਂ ਹਰਚੰਦ ਸਿੰਘ ਜੀ ਗਿੱਲ ਪੁਰਾਣੇ ਵਾਲਾ ਕੈਨੇਡਾ ਔਰ ਨਾਲ ਹੀ ਨੰਦ ਸਿੰਘ ਜੀ ਬਰਾੜ ਸਾਹਿਬ ਬਹੁਤ ਸਾਰਾ ਮਾਣ ਪਿਆਰ ਭੇਜਦੇ ਨੇ ਬੋਲਾਂ ਤੋਂ ਖੁਸ਼ ਹੋ ਕੇ। ਲਓ ਰਿੰਕੂ ਕਪੂਰਥਲੀ ਆ ਔਰ ਦੇਖਦੇ ਵੀ ਦੂਸਰੇ ਪਾਸੇ ਬੂਟਾ ਮਾਰੂ ਕੇ ਗਿੱਲ ਪਿੰਡ ਦਾ ਤੇ ਪੁਆਇੰਟ ਜਿਹੜਾ ਨੌਜਵਾਨ ਭਾਵੀ ਦੇ ਹਿੱਸੇ ਜੁੜਦਾ ਹੋਇਆ। ਹੈਲੋ ਹਾਂਜੀ, ਚੜ੍ਹਦੀ ਕਲਾ ਅਕੈਡਮੀ ਜਲੰਧਰ ਮਾਲਵਾ ਅਕੈਡਮੀ ਮੋਗਾ ਨੂੰ ਬੇਨਤੀ ਹੈ ਕੱਪੜੇ ਉਤਾਰ ਕੇ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਪਹੁੰਚੋ।
ਚੜ੍ਹਦੀ ਕਲਾ ਅਕੈਡਮੀ ਜਲੰਧਰ ਵਰਸਸ ਮਾਲਵਾ ਅਕੈਡਮੀ ਮੋਗਾ। ਤੇ ਇਸ ਤੋਂ ਬਾਅਦ ਜਿਹੜਾ ਫਾਈਨਲ ਮੈਚ ਓਪਨ ਦਾ ਹੈ, ਉਹਨਾਂ ਨੂੰ ਵੀ ਬੇਨਤੀ ਹੈ ਕਿ ਚੌਥੇ ਮੈਚ ਤੋਂ ਬਾਅਦ ਜੋਗੇਵਾਲਾ ਵਰਸਸ ਲੁਹਾਮ ਫਾਈਨਲ ਮੈਚ ਹੈ, ਉਹ ਵੀ ਟੀਮਾਂ ਤਿਆਰ ਬਰ ਤਿਆਰ ਰਹਿਣ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਇਧਰਲੇ ਬੰਨੇ ਵੇਖਦੇ ਵੀ ਤਲਵਿੰਦਰ ਸਿੰਘ ਸੋਨੂੰ ਜੰਪ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ, ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਔਰ ਸਾਹਮਣੇ ਦੇਖਦੇ ਵੀ ਕੀਤੀ ਹੋਈ ਕੋਸ਼ਿਸ਼ ਹੈ ਗੁਰਮਾ ਵਾਲਾ ਭਾਊ, ਪਰ ਇਸ ਸਮੇਂ ਡਬਲ ਟੱਚ ਦਾ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ। ਲਓ ਜ਼ਿਲ੍ਹੇ ਫਿਰੋਜ਼ਪੁਰ ਦਾ ਲੋਹਾਂ ਅਮਨ ਨਾਮ ਇਸ ਸਮੇਂ ਨੌਜਵਾਨ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਕਿ ਕੁੱਟ ਕੁੱਟ ਕੇ ਮਾਵਾਂ ਨੇ ਖਵਾਈਆਂ ਚੂਰੀਆਂ, ਚੁੰਗ ਕੇ ਜਵਾਨ ਹੋਏ ਮੱਝਾਂ ਪੂਰੀਆਂ, ਕਿ ਸ਼ਾਗ ਹੀ ਲੰਘੇ ਆਣੀਆਂ ਜਨੂਨ ਚ ਕਬੱਡੀ, ਹੁਣ ਰਚੀ ਹੈ ਪੰਜਾਬੀਆਂ ਦੇ ਖੂਨ ਚ ਕਬੱਡੀ। ਕਾਲਮਾ ਵਾਲਾ ਗੁਰਵਿੰਦਰ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਲੋਹਾਂ ਪਿੰਡ ਦੇ ਅਮਨ ਦਾ ਪੁਆਇੰਟ ਇਸ ਸਮੇਂ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘੱਲ ਕਲਾਂ ਦੀ ਟੀਮ ਦਾ ਹੈ। ਲਓ ਅਗਲੀ ਖੇਡ ਮੈਦਾਨ ਦੇ ਅੰਦਰ ਮਿੰਟੂ ਪੰਡੋਰੀ ਪਿੰਡ ਦਾ ਨੌਜਵਾਨ ਕਬੱਡੀ ਪਾ ਰਿਹਾ ਹੈ, ਲਾਲ ਨਿੱਕਰ ਹੈ, ਦੇਖਦੇ ਵੀ ਇਸ ਸਮੇਂ ਝੁਕਿਆ ਹੋਇਆ ਨੌਜਵਾਨ ਗੱਭਰੂ ਕਮਾਨ ਦੀ ਤਰ੍ਹਾਂ ਔਰ ਚਾਰ ਜਾਪੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਬਥੇਰੀਆਂ ਪਰ ਕਬੱਡੀ ਦੇ ਲਈ ਚਾਹੀਦੀਆਂ ਦਿਲਾਂ 'ਚ ਦਲੇਰੀਆਂ, ਤਾਂ ਹੀ ਕਿਤੇ ਜਾ ਕੇ ਯਾਰੋ ਮੱਲ ਵੱਜੇ ਵੱਡੀ, ਹੁਣ ਰਚੀ ਆ ਪੰਜਾਬੀਆਂ ਦੇ ਖੂਨ 'ਚ ਕਬੱਡੀ। ਲਓ ਗੁਰਮਾ ਵਾਲਾ ਭਾਊ ਇਸ ਸਮੇਂ ਲਾ ਤਕੜਾ ਜਿਹਾ ਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਲਓ ਅਗਲੀ ਕਬੱਡੀ ਇੱਧਰਲੇ ਬੰਨੇ ਕਰਮਾ ਲੋਹਾਂ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਇਸ ਸਮੇਂ ਵਾਧਾ ਹੋਇਆ ਹੈ। ਅਸੀਂ ਧੰਨਵਾਦ ਕਰਦੇ ਸਾਰੇ ਹੀ ਸਾਡੇ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਵੱਧ ਚੜ੍ਹ ਕੇ ਇਸ ਖੇਡ ਮੇਲੇ ਦੇ ਵਿੱਚ ਯੋਗਦਾਨ ਪਾਏ ਹੈ। ਉੱਧਰ ਸਾਡੇ ਸੋਹਣ ਸਿੰਘ ਜੀ ਹਾਂਗਕਾਂਗ ਵਾਲੇ ਇੰਗਲੈਂਡ ਵਾਲੇ ਇੱਧਰ ਸਾਡੇ ਡਰੋਲੀ ਭਾਈ ਤੋਂ ਉਹਨਾਂ ਵੱਲੋਂ ਵੀ ਵੱਡੇ ਮਾਣ ਪਿਆਰ ਬਖਸ਼ੇ ਗਏ ਹੈ। ਲਓ ਕਾਲਮਾ ਵਾਲਾ ਗੁਰਵਿੰਦਰ ਪਰ ਸਾਧੂ ਸਿੰਘ ਜੀ ਬਰਾੜ ਸਾਹਿਬ ਇਸ ਸਮੇਂ ਫੈਸਲਾ ਜਿਹੜਾ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਹਾਂਜੀ ਹਾਂਜੀ, ਸਾਡੀ ਜੀ ਮੈਚਾਂ ਦੀ ਥੋੜ੍ਹੀ ਜੀ ਚੇਂਜਿੰਗ ਹੋਈ ਹੈ, ਇਹ ਜਿਹੜਾ ਕੁਆਟਰ ਫਾਈਨਲ ਚੱਲੀ ਜਾਂਦਾ ਹੈ ਇਹਦੇ ਵਿੱਚ ਚੌਥਾ ਮੈਚ ਜਿਹੜਾ ਚੜ੍ਹਦੀ ਕਲਾ ਅਕੈਡਮੀ ਜਲੰਧਰ ਵਰਸਸ ਮਾਲਵਾ ਅਕੈਡਮੀ ਮੋਗਾ ਵਿੱਚ ਅਗਲਾ ਮੈਚ ਹੋਣਾ, ਉਸ ਤੋਂ ਬਾਅਦ ਇਹਨਾਂ ਅਕੈਡਮੀਆਂ ਵਿੱਚ ਹੀ ਜਿਹੜਾ ਸੈਮੀਫਾਈਨਲ ਹੋਣਗੇ, ਸੈਮੀਫਾਈਨਲ ਤੋਂ ਬਾਅਦ ਅਸੀਂ ਜਿਹੜਾ ਕਬੱਡੀ ਓਪਨ ਦਾ ਫਾਈਨਲ ਮੈਚ, ਉਸ ਤੋਂ ਬਾਅਦ ਢੇਰੀ ਵਾਲਾ ਜਿਹੜਾ ਮਾਝੇ ਦਾ ਮੈਚ ਕਰਵਾਉਣਾ, ਉਸ ਤੋਂ ਬਾਅਦ ਅਕੈਡਮੀਆਂ ਦਾ ਫਾਈਨਲ ਮੈਚ ਕਰਵਾਉਣਾ। ਨੋਟ ਕਰ ਲਓ ਜੀ, ਖਿਡਾਰੀ ਵੀਰ ਨੋਟ ਕਰ ਲਓ, ਇਸ ਰਾਊਂਡ ਤੋਂ ਬਾਅਦ ਇਹਨਾਂ ਅਕੈਡਮੀਆਂ ਦੇ ਹੀ ਸੈਮੀਫਾਈਨਲ ਮੈਚ, ਉਸ ਤੋਂ ਬਾਅਦ ਕਬੱਡੀ ਓਪਨ ਦਾ ਮੈਚ ਤੇ ਮਾਝੇ ਦਾ ਢੇਰੀ ਵਾਲਾ ਮੈਚ ਤੇ ਅਕੈਡਮੀਆਂ ਦਾ ਫਾਈਨਲ ਮੈਚ। ਲਓ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਮੈਚ ਅਨਾਊਂਸ ਕੀਤੇ ਹੈ ਇਸੇ ਤਰ੍ਹਾਂ ਮੈਚ ਕਰਵਾਏ ਜਾਣਗੇ। ਲਓ ਇਧਰਲੇ ਬੰਨੇ ਭਾਣੇ ਵਾਲਾ ਔਰ ਦੂਸਰੇ ਪਾਸੇ ਦੇਖਦੇ ਵੀ ਇਸ ਸਮੇਂ ਨੌਜਵਾਨ ਜਾਫੀ ਦਾ ਲੱਗਦਾ ਹੋਇਆ ਜੱਫਾ ਹੈ ਇਧਰਲੇ ਬੰਨੇ। ਹਾਂਜੀ, ਆ ਘੱਲ ਕਲਾਂ ਅਕੈਡਮੀ ਦੇ ਜਿਹੜੇ ਜਾਫੀ ਨੇ ਹੁਣੇ ਜੱਫਾ ਲਾਇਆ, ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਪਰਮ ਸੇਵਕ ਜੋ ਆਪਣਾ ਨਾਂ ਗੁਪਤ ਰੱਖ, ਉਹਨਾਂ ਵੱਲੋਂ 100 ਰੁਪਇਆ ਉਸ ਜਾਫੀ ਨੂੰ ਹੈ ਘੱਲ ਕਲਾਂ ਦੀ ਅਕੈਡਮੀ ਦੇ ਜਾਫੀ ਵਾਸਤੇ, ਧੰਨਵਾਦ ਜੀ। ਲਓ ਇਧਰਲੇ ਬੰਨੇ ਵੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ ਹੈ, ਪਾਈ ਹੋਈ ਕਬੱਡੀ ਹੈ, ਦੇਖਦੇ ਖੇਡ ਮੈਦਾਨ ਦੇ ਅੰਦਰ ਰਿੰਕੂ ਕਪੂਰਥਲੇ ਵਾਲਾ, ਉੱਧਰ ਸਾਡੇ ਗੁਰਚੇਤਨ ਸਿੰਘ ਜੀ ਕਪੂਰਥਲੇ ਵਾਲਿਆਂ ਦਾ ਭਤੀਜਾ ਦੇਖਦੇ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਰਿੰਕੂ ਦੀ ਕਬੱਡੀ ਹੈ।
ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨ ਪਾਵੀ ਕਬੱਡੀ ਕੀਪਾ ਭਲੂਰ ਪਿੰਡ ਦਾ ਕਿ ਖੇਡ ਕਬੱਡੀ ਖੇਡਣ ਪੁੱਤਰ ਛੀਣੀਆਂ ਮਾਵਾਂ ਦੇ ਤੇ ਕਿੱਸੇ ਬਣ ਗਏ ਬੇਅੰਤ ਬਰਾੜਾ ਹੁਣ ਸਕੇ ਭਰਾਵਾਂ ਦੇ ਤੇ ਵੱਖਰੀ ਜਿਹੀ ਲੱਗ ਗਈ ਏ ਹੁਣ ਲਾਟ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਘਾਟ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਘਾਟ ਕਬੱਡੀ ਨੂੰ ਹੁਣ ਕਬੱਡੀ ਨੂੰ ਕਿਸੇ ਗੱਲ ਦੀ ਘਾਟ ਨਹੀਂ ਵੱਡੀ ਅਪਾਰ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਬੱਡੀ ਦੇ ਖਿਡਾਰੀ ਔਰ ਇਸ ਸਮੇਂ ਦੇਖਦੇ ਵੀ ਤਲਵਿੰਦਰ ਸਿੰਘ ਸੋਨੂ ਜੰਪ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਪਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਅੰਬੂ ਹੈ ਘਲਕਲਾ ਪਿੰਡ ਦਾ ਲਓ ਇਸ ਸਮੇਂ ਪੂਰੀ ਕੀਤੀ ਹੋਈ ਕੋਸ਼ਿਸ਼ ਹੈ ਲਓ ਇੱਕ ਪਾਸੇ ਸੋਨੂ ਜੰਪ ਹੈ ਪਰ ਇੱਕ ਪਾਸੇ ਅੰਬੂ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਲਓ ਅਗਲਾ ਮੈਚ ਚੜ੍ਹਦੀ ਕਲਾ ਕਬੱਡੀ ਤੇ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਦਾ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਲਓ ਲੱਖਾ ਔਰ ਅਮਨ ਇਧਰਲੇ ਬੰਨੇ ਵੇਖਦੇ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਗੱਭਰੂ ਆ ਪਾਵੀ ਕਬੱਡੀ ਚੱਲ ਵੀ ਨੌਜਵਾਨ ਆ ਪਾਵੀ ਕਬੱਡੀ ਇਧਰਲੇ ਬੰਨੇ ਵੇਖਦੇ ਵੀ ਇਧਰਲੇ ਬੰਨੇ ਪੁਆਇੰਟ ਚੱਲ ਵੀ ਪਾਵੀ ਨੌਜਵਾਨ ਕਬੱਡੀ ਇਧਰਲੇ ਬੰਨੇ ਵੇਖਦੇ ਵੀ ਕਰਬਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾ ਰਿਹਾ ਹੈ ਔਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਜਾਫੀ ਨੇ ਚਾਰ ਗੱਭਰੂਆਂ ਦੇ ਵਿੱਚੋਂ ਕਾਲਮਾ ਵਾਲਾ ਗੁਰਵਿੰਦਰ ਔਰ ਇਧਰਲੇ ਬੰਨੇ ਸਾਧੂ ਸਿੰਘ ਜੀ ਬਰਾੜ ਸਾਹਿਬ ਵੈਰੋ ਕੇ ਪਿੰਡ ਹੈ ਔਰ ਪੱਤੋ ਦੀ ਅਕੈਡਮੀ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਪੱਤੋ ਦੇ ਪਲੇਅਰਾਂ ਨੂੰ ਪੂਰੀ ਦੁਨੀਆ ਦੇ ਟੌਪ ਤੇ ਪਹੁੰਚਾਇਆ ਹੈ ਫੈਸਲਾ ਜਿਹੜਾ ਲੋਹਾਮਾ ਵਾਲੇ ਕਰਮੇ ਦਾ ਹਿੱਸੇ ਦੇ ਵਿੱਚ ਹੈ ਚੱਲ ਵੀ ਨੌਜਵਾਨ ਆ ਪਾਵੀ ਕਬੱਡੀ ਨਾਮ ਜੱਗ ਉੱਤੇ ਪਿੰਦਰਾ ਕਮਾਉਣਾ ਸਿੱਖ ਲਈਏ ਮਨ ਚੰਗੇ ਪਾਸੇ ਘੋਲੀਆ ਹੋਏ ਲਾਉਣਾ ਸਿੱਖ ਲਈਏ ਸੌਖੀ ਜਾਣ ਜਾਂਦੀ ਆਉਂਦੀ ਜਦੋਂ ਵਾਰੀ ਆ ਜੋ ਖੇਡੀਏ ਕਬੱਡੀ ਆਪਾਂ ਕਰੀਏ ਤਿਆਰੀ ਲਓ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਧਰਮਾ ਸੁਰਖਪੁਰੀਆ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ ਚੱਲ ਵੀ ਨੌਜਵਾਨਾਂ ਇਸੇ ਨਾਲ ਹੀ ਜਿਹੜੀ ਦੂਸਰੀ ਵਾਟਰ ਬ੍ਰੇਕ ਹੈ ਮੈਂ ਇੱਕ ਵਾਰੀ ਫਿਰ ਤੋਂ ਸੱਦਾ ਦੇਵਾਂਗਾ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਮਾਲਵਾ ਕਬੱਡੀ ਕਲੱਬ ਮੋਗਾ ਵਰਸੀ ਜੀ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਦੀਆਂ ਟੀਮਾਂ ਜਿਹੜੀਆਂ ਉਹ ਵੀ ਅਗਲੇ ਮੈਚਾਂ ਦੇ ਲਈ ਤਿਆਰੀ ਖਿੱਚ ਲੈਣ ਅਸੀਂ ਸਪੈਸ਼ਲੀ ਤੌਰ ਤੇ ਸਾਡੇ ਪ੍ਰਵਾਸੀ ਪੰਜਾਬੀ ਵੀਰ ਜਿਨ੍ਹਾਂ ਨੇ ਇਸ ਅਕੈਡਮੀਆਂ ਦਾ ਪਹਿਲਾ ਇਨਾਮ 1,00,000 ਰੁਪਈਆ ਦੇਣਾ ਹੈ ਸਰਦਾਰ ਜਗਤਾਰ ਸਿੰਘ ਜੀ ਤਾਰੀ ਚੰਦਨਵਾ ਹਾਂਗਕਾਂਗ ਵਾਲੇ ਉੱਗੇ ਖੇਡ ਪ੍ਰਮੋਟਰ ਉਹਨਾਂ ਦਾ ਸਪੈਸ਼ਲੀ ਤੌਰ 'ਤੇ ਅਸੀਂ ਧੰਨਵਾਦ ਕਰਦੇ ਹਾਂ ਅਤੇ ਜੀ ਆਇਆਂ ਆਖਦੇ ਹਾਂ ਅਤੇ ਨਾਲ ਹੀ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਤਾਰੀ ਵੀਰ ਵੱਲੋਂ ਅਗਲੇ ਸਾਲ ਸਾਡੇ ਰਿੰਪੀ ਬਰਾੜ ਗੱਜਣ ਵਾਲਾ ਉੱਗੇ ਕਬੱਡੀ ਦੇ ਕਮੈਂਟੇਟਰ ਉਹਨਾਂ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕਰਨਾ ਹੈ ਅਸੀਂ ਤਾਰੀ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਖਿਡਾਰੀਆਂ ਦਾ ਅਤੇ ਖੇਡ ਕਬੱਡੀ ਕਮੈਂਟੇਟਰਾਂ ਦਾ ਹੌਸਲਾ ਅਫਜ਼ਾਈ ਕਰਦੇ ਨੇ ਹਾਂ ਅਸੀਂ ਸਾਰਿਆਂ ਵੱਲੋਂ ਦਰਸ਼ਕ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਤਾੜੀਆਂ ਨਾਲ ਇਸ ਵੀਰ ਦਾ ਸਨਮਾਨ ਮਾਣ ਸਨਮਾਨ ਕਰੋ ਜੀ
ਤਾਰੀ ਹਾਂਗਕਾਂਗ ਵਾਲਿਆਂ ਦਾ, ਚੰਦਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਿੰਪੀ ਬਰਾੜ ਗੱਜਣ ਵਾਲਿਆਂ ਨੂੰ ਅਗਲੇ ਸਾਲ ਇਸੇ ਤਰ੍ਹਾਂ ਟੂਰਨਾਮੈਂਟ ਤੇ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕਰਨਾ ਹੈ। ਦਿਲਬਾਗ ਅਗਲਾ ਹੋ ਗਿਆ ਮੈਂ ਮੇਰੇ ਛੋਟੇ ਵੀਰ ਉਹਦੀ ਜਿਹੜੀ ਜਾਣ ਪਹਿਚਾਣ ਦੇ ਲਈ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਨਾਲ ਸਾਡੇ ਭਾਅ ਜੀ ਜਗਤਾਰ ਸਿੰਘ ਜੀ ਤਾਰੀ ਹੁਣੀ ਹਾਂਗਕਾਂਗ ਵਾਲੇ ਨਾਲ ਗੁਰਚੇਤਨ ਸਿੰਘ ਜੀ ਔਰ ਨਾਲ ਹੀ ਚਮਕੌਰ ਸਿੰਘ ਜੀ ਜਰਮਨ ਵਾਲੇ ਨਾਲ ਹੀ ਗੁਰਪ੍ਰੀਤ ਸਿੰਘ ਜੀ ਗੋਗੀ ਕੈਨੇਡਾ ਔਰ ਹੋਰ ਵੀ ਜਿੰਨੇ ਸਾਡੇ ਪਤਵੰਤੇ ਸੱਜਣ ਨੇ ਸਾਡੇ ਬਾਬਾ ਜੀ ਉਹਨਾਂ ਦੇ ਵੱਡੇ ਭਰਾ ਚਮਕੌਰ ਸਿੰਘ ਜੀ ਹੁਣੀ ਔਰ ਉਹਨਾਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਇਹਨਾਂ ਖਿਡਾਰੀਆਂ ਨੂੰ ਜਿਹੜਾ ਆਸ਼ੀਰਵਾਦ ਦੇਣ ਦੇ ਲਈ ਦਰਬਾਰ ਮੇਰੇ ਵੀਰ ਗਰਾਊਂਡਾਂ ਵੱਲੋਂ ਆਉਣਗੇ ਜਾਂਦਾ ਰਹਿ ਚੱਲ ਵੀ ਗੱਜਣ ਵਾਲੀ ਅਸ਼ਕੀਨਾ। ਹੈਲੋ ਇੱਧਰ ਹਾਂਜੀ ਹਾਂਜੀ ਸਾਡੇ ਦਰਮਿਆਨ ਰਾਮ ਸਿੰਘ ਜੀ ਔਲਖ ਚੀਫ ਐਡੀਟਰ ਕਾਨਾ ਦੁਆਬਾ ਹੈਡਲਾਈਨਸ ਨਕੋਦਰ ਵਾਲੇ ਪਹੁੰਚੇ ਹੈ, ਅਸੀਂ ਉਹਨਾਂ ਨੂੰ ਸਾਡੇ ਖੇਡ ਮੇਲੇ 'ਤੇ ਪਹੁੰਚਣ 'ਤੇ ਜੀ ਆਇਆਂ ਆਖਦੇ ਹਾਂ, ਬਹੁਤ ਬਹੁਤ ਧੰਨਵਾਦ ਜੀ। ਨੋ ਇੱਧਰਲੇ ਬੰਨੇ ਵੇਖਦੇ ਵੀ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਦਾ ਨਗਰ ਹੈ, ਫਾਂਦੇ ਵਾਲਾ ਪਿੰਡ ਹੈ। ਇਸ ਸਮੇਂ ਨੌਜਵਾਨ ਦੇਖਦੇ ਵੀ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਔਰ ਉੱਧਰ ਅਸੀਂ ਧੰਨਵਾਦ ਕਰਾਂਗੇ ਸਾਡੇ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਚੰਦ ਨਵੇਂ ਵਾਲੇ ਵੀ ਅਗਲੇ ਵਰ੍ਹੇ ਦੇ ਕਬੱਡੀ ਕੱਪ ਤੇ ਗੱਜਣ ਵਾਲੀ ਇਹਦੇ ਗੱਜਣ ਵਾਲੀ ਰਿੰਪੀ ਬਰਾੜ ਦਾ ਕਹਿੰਦੇ ਬੁਲਟ ਦੇ ਨਾਲ ਮਾਨ ਸਨਮਾਨ ਹੋਵੇਗਾ। ਇੱਧਰਲੇ ਬੰਨੇ ਵੇਖਦੇ ਵੀ ਪਈ ਹੋਈ ਕਬੱਡੀ ਅਮਨ ਔਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਮਹਿਤਾਬ ਹੈ ਰਾਜੋ ਕੇ ਪਿੰਡ ਵਾਲਾ ਤੇ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਇੱਧਰਲੇ ਬੰਨੇ ਅਗਲੀ ਕਬੱਡੀ ਨੌਜਵਾਨ ਧਰਮਾ ਸੁਰਖਪੁਰੀਆ ਨਾਲ ਹੀ ਅਗਲਾ ਮੈਚ ਜਿਹੜਾ ਚੜ੍ਹਦੀ ਕਲਾ ਕਬੱਡੀ ਅਕੈਡਮੀ ਜਲੰਧਰ ਤੇ ਮਾਲਵਾ ਕਬੱਡੀ ਕਲੱਬ ਮੋਗੇ ਦੀਆਂ ਟੀਮਾਂ ਦਾ ਹੈ। ਅਸੀਂ ਧੰਨਵਾਦ ਕਰਦੇ ਸਾਡੇ ਅਵਤਾਰ ਸਿੰਘ ਜੀ ਤਾਰੀ ਹਾਂਗਕਾਂਗ ਵਾਲੇ ਔਰ ਨਾਲ ਹੀ ਸਾਡੇ ਅਮਰੀਕ ਸਿੰਘ ਜੀ ਯੂਕੇ ਵਾਲੇ ਜਹਾਂਗੀਰ ਪਿੰਡ ਹੈ, ਨਾਲ ਹੀ ਸਾਡੇ ਗੁਰਪ੍ਰੀਤ ਜੱਗੀ ਗਾਲਬ ਆਸਟ੍ਰੇਲੀਆ, ਗੁਰਚੇਤਨ ਸਿੰਘ ਜੀ ਹੈਪੀ ਕਪੂਰਥਲਾ, ਇਕਬਾਲ ਸਿੰਘ ਜੀ ਮਨੀਲਾ ਰਾਜਿਆਣਾ, ਗੁਰਪ੍ਰੀਤ ਸਿੰਘ ਜੀ ਯੂਕੇ ਔਰ ਨਾਲ ਹੀ ਚਮਕੌਰ ਬਰਾੜ ਜੀ, ਹਰਭਜਨ ਸਿੰਘ ਜੀ ਕੈਨੇਡਾ, ਕੁਲਵੀਰ ਸਿੰਘ ਜੀ ਯੂਕੇ, ਬਲਵੰਤ ਕਾਕਾ ਜੀ ਕੈਨੇਡਾ, ਸਾਧੂ ਸਿੰਘ ਜੀ ਜਨੇਰ, ਸਨੀ ਸੇਖੋ ਜੀ, ਸਾਰੇ ਸਤਿਕਾਰਯੋਗ ਸੱਜਣ ਹੈ, ਸਾਰੇ ਸਥਾਨੀ ਸੱਜਣਾਂ ਦਾ ਅਸੀਂ ਸਾਡੇ ਸਮੁੱਚੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਸਾਰੇ ਸੱਜਣਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਰੇ ਦਾਨੀ ਸੱਜਣਾਂ ਨੇ ਇਸ ਖੇਡ ਮੇਲੇ ਦੇ ਵਿੱਚ ਆਪਣੇ ਦਸਾਂ ਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਯੋਗਦਾਨ ਪਾਏ ਹੈ। ਇੱਧਰਲੇ ਬੰਨੇ ਵੇਖਦੇ ਵੀ ਇੱਕ ਪਾਸੇ ਗੱਭਰੂ ਲੋਹਾਮਾ ਵਾਲਾ ਪਰ ਦੂਸਰੇ ਪਾਸੇ ਦੇਖਦੇ ਵੀ ਰਾਜੋਕੇ ਵਾਲਾ ਮਹਿਤਾਬ ਤੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਨੌਜਵਾਨ ਪਾ ਵੀ ਕਬੱਡੀ। ਇੱਧਰਲੇ ਬੰਨੇ ਫਿਰ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਰਿੰਕੂ ਹੈ ਕਪੂਰਥਲੇ ਵਾਲਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਔਰ ਦੂਸਰੇ ਪਾਸੇ ਚਾਰ ਜਾਫੀ ਬੂਟਾ ਮਾਣੂਕੇ ਵਾਲਾ ਨਾਲ ਦੇਖਦੇ ਵੀ ਭਾਊ ਗੁਰਮਾ ਦਾ ਔਰ ਨਾਲ ਅੰਬੂ ਕਲਕਲਾਂ ਦਾ ਮਾਨਕ ਚੰਦਨਵਿਆਂ ਦਾ ਬੂਟਾ ਹੁਆ ਮਾਣੂਕੇ ਗਿੱਲ ਪਿੰਡ ਹੈ ਜਿੱਥੋਂ ਦਾ ਸਾਡਾ ਵੀਰ ਗੁਰਲਾਲ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਪ੍ਰਸਿੱਧ ਖਿਡਾਰੀਆਂ ਦਾ ਪੇਂਡੂ ਇਸ ਸਮੇਂ ਨੌਜਵਾਨ ਖੇਡ ਮੈਦਾਨ ਦੇ ਅੰਦਰ ਲਾ ਤਕੜਾ ਜਿਹਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੈ, ਮੇਲਾ ਲੁੱਟਣ ਵਾਲੀ ਗੱਲ ਹੈ ਤੇ ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਗੱਭਰੂ ਪਾ ਵੀ ਕਬੱਡੀ। ਇੱਧਰਲੇ ਬੰਨੇ ਭਾਣੇ ਵਾਲਾ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਬੱਡੀ ਵਧਦਾ ਹੋਇਆ। ਇੱਧਰਲੇ ਬੰਨੇ ਵੇਖਦੇ ਵੀ ਪਾਈ ਹੋਈ ਕਬੱਡੀ ਹੈ ਇੱਧਰ ਕਿ ਕਬੱਡੀ ਦੇ ਵਿੱਚ ਫਰਕ ਨਹੀਂ ਕੱਦ ਲੰਬੇ ਛੋਟੇ ਦਾ ਤੇ ਵਿੱਚ ਗਰਾਊਂਡ ਦੇ ਡਰ ਨਹੀਂ ਹੁੰਦਾ ਪਤਲੇ ਮੋਟੇ ਦਾ
ਚੁਸਤੀ ਫੁਰਤੀ। ਸਾਡੇ ਇੱਧਰ ਜੇਕਰ ਅੰਗਾਂ ਪੈਰਾਂ ਦੇ ਕੋਈ ਵੀ ਸਿਆਣੇ ਹੋਣ ਜੀ, ਜਿਹਨਾਂ ਨੂੰ ਅੰਗਾਂ ਪੈਰਾਂ ਦੀ ਜਿਹੜਾ ਮੁਹਾਰ ਤੇ, ਕਿਰਪਾ ਕਰਕੇ ਇੱਧਰ ਇੱਕ ਪਲੇਅਰ ਦਾ ਥੋੜ੍ਹਾ ਮੋਢਾ ਨਿਕਲ ਗਿਆ ਕਿਰਪਾ ਕਰਕੇ, ਜੇਕਰ ਕੋਈ ਵੀ ਸਾਡੇ ਅੰਗਾਂ ਪੈਰਾਂ ਦੇ ਸਿਆਣੇ ਸੱਜਣ ਨੇ। ਹੈਲੋ, ਹਾਂਜੀ, ਚੜ੍ਹਦੀ ਕਲਾ ਅਕੈਡਮੀ ਜਲੰਧਰ ਵਰਸਿਸ ਮਾਲਵਾ ਅਕੈਡਮੀ ਮੋਗਾ ਦੀ ਕਮੈਂਟਰੀ ਜਿਹੜੀ ਹੈ ਰੇਪੀ ਬਰਾੜ ਗੱਜਣ ਵਾਲਾ ਕਰਨਗੇ ਜੀ। ਕਿਰਪਾ ਕਰਕੇ ਬੇਨਤੀ ਹੈ, ਸਾਡੇ ਕੋਈ ਵੀ ਅੰਗਾਂ ਪੈਰਾਂ ਦੇ ਸਿਆਣੇ ਸੱਜਣੇ ਤੇ ਜਾਂ ਬਜ਼ੁਰਗ ਪਹੁੰਚੇ ਹੋਣ, ਇੱਧਰ ਇੱਕ ਖਿਡਾਰੀ ਦੇ ਥੋੜੇ ਮੋਢੇ ਤੇ ਸੱਟ ਹੈ, ਕਿਰਪਾ ਕਰਕੇ ਗਰਾਊਂਡ ਵਿੱਚ ਆਉਣ ਜੀ, ਸਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ। ਕੋਈ ਵੀ ਸਾਡੇ ਅੰਗਾਂ ਪੈਰਾਂ ਦੇ ਸਿਆਣੇ ਵੀਰ ਕਿਰਪਾ ਕਰਕੇ ਆਉਣ ਜੀ, ਸਾਨੂੰ ਗਰਾਊਂਡ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ। ਲਓ, ਕਾਲਮਾ ਵਾਲਾ ਗੁਰਵਿੰਦਰ ਔਰ ਕੀਪਾ ਭਲੂਰ ਦਾ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ, ਜਿੱਥੇ ਆਉਂਦੇ ਵਰੇ ਰੇਪੀ ਬਰਾੜ ਦੇ ਲਈ ਬੁਲਟ ਨਾਲ ਮਾਨ ਸਨਮਾਨ ਹੈ। ਇਸ ਵਾਰੇ ਕਹਿੰਦੇ ਵੀ ਨੌਜਵਾਨ ਚੋਟੀਆਂ ਵਾਲੇ ਸੁਖਚੈਨ ਦੇ ਲਈ ਇੱਧਰ ਹੌਂਡਾ ਟਵਿਸਟਰ ਮੋਟਰਸਾਈਕਲ ਦੇ ਨਾਲ ਸਾਡੇ ਵੀਰ ਬਾਈ ਕਨੇਡਾ ਸੀਰੇ ਮੈਂਬਰ ਵਰਗੇ, ਦਿਲਬਾਗ ਵਰਗੇ ਸਾਡੇ ਸਾਰੇ ਹੀ ਸਤਿਕਾਰਯੋਗ ਵੀਰਾਂ ਵੱਲੋਂ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੈ ਚੋਟੀਆਂ ਵਾਲੇ ਸੁਖਚੈਨ ਬਰਾੜ ਦੇ। ਲਓ, ਅੰਬੂ ਔਰ ਦੇਖਦੇ ਵੀ ਥਾਂਦੇ ਵਾਲੀ ਆ ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ। ਇੱਧਰਲੇ ਬੰਨੇ ਅੰਕ ਜਿਹੜਾ ਜਾਫੂ ਹੈ ਜਾਫੀਆਂ ਦਾ ਹੈ, ਚੱਲ ਵੀ ਜਵਾਨਾ ਪਾ ਵੀ ਕਬੱਡੀ। ਇੱਧਰਲੇ ਬੰਨੇ ਵੇਖਦੇ ਵੀ ਅਮਨ ਕਬੱਡੀ ਪਾ ਰਿਹਾ ਹੈ ਨੌਜਵਾਨ ਖੇਡ ਮੈਦਾਨ ਦੇ ਅੰਦਰ, ਔਰ ਵੇਖਦੇ ਵੀ ਕਾਲਮਾ ਵਾਲਾ ਗੁਰਵਿੰਦਰ, ਪਰ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ, ਚੱਲ ਵੀ ਗੱਭਰੂ ਆ ਪਾ ਵੀ ਕਬੱਡੀ। ਇੱਧਰਲੇ ਬੰਨੇ ਅਗਲੀ ਕਬੱਡੀ ਵੇਖਦੇ ਵੀ ਨੌਜਵਾਨ ਖੇਡ ਮੈਦਾਨ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹੈ ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ ਤੇ ਗੁਰੂ ਬਿਨਾਂ ਯੋਧਿਆ ਗਿਆਨ ਹੁੰਦਾ ਨਹੀਂ। ਅੱਜ ਨਾ ਬਣੇ ਤੇ ਫਿਰ ਕੱਲ ਹੈਲੋ, ਇਸ ਸਮੇਂ ਜਿਹੜਾ ਮੁਕਾਬਲਾ ਹੋ ਕੇ ਹਟਿਆ ਹੈ ਇਹਦੇ ਵਿੱਚ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਹੈ, ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੇ ਜਿਹੜੇ ਪੁਆਇੰਟ ਹੈ, ਇਹ ਪੁਆਇੰਟ ਜਿਹੜੇ ਮੀਰੀ ਪੀਰੀ ਦੇ 31 ਪੁਆਇੰਟ ਹੈ, ਔਰ ਦੂਸਰੇ ਪਾਸੇ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘੱਲ ਕਲਾਂ ਦੇ ਪੁਆਇੰਟ 29.5 ਹੈ। 29.5 ਤੇ 31 ਦੇ ਮੁਕਾਬਲੇ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਚੱਲਦੇ ਹੋਏ ਮੁਕਾਬਲੇ ਦੀ ਜੇਤੂ ਟੀਮ ਹੈ। ਔਰ ਇੱਧਰ
ਜਿਹੜਾ ਅਗਲਾ ਮੈਚ ਹੈ।